ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ। ਅੱਜ ਦਿਨ ਮੰਗਲਵਾਰ ਤਰੀਕ ਹੈ 7 ਮਈ ਅਤੇ ਪੰਜਾਬ ਦੀਆਂ ਘੜੀਆਂ 'ਤੇ ਇਸ ਵਕਤ ਸ਼ਾਮ ਦੇ 6:30 ਹੋਏ ਨੇ। ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਤੁਹਾਡੇ ਨਾਲ ਸਾਂਝ ਪਾਉਣੀ ਹੈ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਪਿੰਡ ਭੈਣੀ ਬਡਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਖਾਸ ਲਿਸਨਰਸ ਜਗਜੀਤ ਸਿੰਘ ਲੰਡਨ ਵੱਲੋਂ, ਇਸ ਤੋਂ ਇਲਾਵਾ ਸਟੋਕਟਨ ਤੋਂ ਤ੍ਰਿਪਤੀਪਾਲ ਸਿੰਘ ਹੋਰਾਂ ਵੱਲੋਂ, ਸਦਾ ਬਲਵੀਰ ਸਿੰਘ ਉਸਮਾਨਪੁਰ ਹੋਰੀ, ਬਲਜੀਤ ਸਿੰਘ ਕਿਸ਼ਨਪੁਰਾ, ਜਸਪ੍ਰੀਤ ਸਿੰਘ ਮਾਨ ਹੋਰੀ ਕਿਸ਼ਨਪੁਰਾ, ਅਤੇ ਕਲਮਾਜ਼ੂ ਤੋਂ ਬਾਈ ਅਮਰਜੀਤ ਸਿੰਘ ਹੋਰੀ ਗਰੇਵਾਲ, ਲਾਲੀ ਬਾਈ ਜੀ, ਕਾਕਾ ਬਾਈ ਜੀ ਹੋਰੀ, ਅਤੇ ਇਸੇ ਤਰ੍ਹਾਂ ਹੀ ਵਰਜੀਨੀਆ ਤੋਂ ਪੱਡਾ ਬਾਈ ਜੀ ਹੋਰਾਂ ਨੇ। ਸੋ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਅਮਰੀਕਾ ਦੀ ਮਸ਼ਹੂਰ ਲਾਅ ਫਰਮ ਗੈਲਨ ਗੈਲ ਵੱਲੋਂ, ਜਿਨ੍ਹਾਂ ਦੇ ਸੀਨੀਅਰ ਅਟਾਰਨੀ ਐਮ ਈ ਗੈਲ ਹੁਣੀ ਲਗਾਤਾਰ ਤੁਹਾਡੇ ਨਾਲ 1987 ਤੋਂ ਜੁੜੇ ਹੋਏ ਨੇ, ਜਿਹੜੇ ਅਮਰੀਕਾ ਦੇ ਵਿੱਚ ਤੁਹਾਨੂੰ ਪੱਕੇ ਕਰਾਉਂਦੇ ਕੇਸ ਲੜਦੇ ਨੇ। 2126192859 'ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਰਾਜਵੀਰ ਸਿੰਘ ਹੋਰਾਂ ਨੂੰ 7186121188 ਦੇ ਉੱਤੇ। ਜੇਕਰ ਤੁਹਾਡੇ ਕੋਈ ਬਾਹਰ ਬਿਜ਼ਨਸ ਹੈ 3 ਸਾਲ ਤੋਂ ਪੁਰਾਣਾ ਅਮਰੀਕਾ ਤੋਂ ਬਾਹਰ, ਤਾਂ ਵੀ ਤੁਸੀਂ ਸੈਟਲ ਹੋਣ ਦੇ ਲਈ ਕਾਲ ਕਰ ਸਕਦੇ ਹੋ। ਸੈਟਲ ਦੀ ਸਭ ਤੋਂ ਟਰੱਸਟਿਡ ਟਰੱਕਿੰਗ ਕੰਪਨੀ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਓਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਜਗਦੇਵ ਸੰਧੂ ਹੋਰਾਂ ਨੂੰ 2532666924 'ਤੇ, ਗੁਰਵਿੰਦਰ ਧਾਲੀਵਾਲ ਨੂੰ 2063544060 'ਤੇ ਕਾਲ ਕਰ ਸਕਦੇ ਹੋ। ਹਰ ਤਰ੍ਹਾਂ ਦੇ ਅਕਾਊਂਟਸ ਬੁੱਕ ਕੀਪਿੰਗ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨੂੰ 2491504 ਐਵਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 2535200888 'ਤੇ। ਮੇਰੇ ਨਾਲ ਨੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਪੱਟੀ ਸਾਹਿਬ ਦੇ ਨਾਲ ਸਾਂਝ ਪਾਉਂਦੇ ਹੋਏ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦੇ ਹਾਂ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਅਰਵਿੰਦ ਕੇਜਰੀਵਾਲ ਹੋਰਾਂ ਦੀ। ਬੜਾ ਉਮੀਦਾਂ ਸੀਗੇ ਵੀ ਆਉਣਗੇ ਬਾਹਰ, ਪਰ ਉਹਨਾਂ ਲਈ ਪੰਗੇ ਵੀ ਖੜ੍ਹੇ ਹੋਈ ਜਾਂਦੇ ਨੇ। ਕਹਿੰਦੇ ਦੋਨਾਂ ਦੀ ਜ਼ਮਾਨਤ ਜਿਹੜੀ ਆ ਆਪਣੇ ਸਸੂਦੀਆ ਦੀ, ਕਹਿੰਦੇ ਕੱਲ ਨੂੰ ਤੇ ਕੇਜਰੀਵਾਲ ਦੀ ਨੌਂ ਤੇ ਗਈ ਜੀ। ਕਹਿੰਦੇ ਐਕਚੁਅਲੀ ਬੇਸਿਕਲੀ ਇਹ ਅਜੀ ਵੀ ਅੱਜ ਬਕਾਇਦਾ ਤੌਰ ਤੇ ਉੱਥੇ ਬਹਿਸ ਹੋਈ ਸੀ, ਜੋ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਨੇ ਆਪਣਾ ਪੱਖ ਪੇਸ਼ ਕੀਤਾ, ਆਪਣੀ ਗੱਲ ਕੀਤੀ ਸੀਗੀ। ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਜਿਹੜੀ ਕੇਜਰੀਵਾਲ ਦੀ ਗ੍ਰਿਫਤਾਰੀ ਆ ਉਹ ਈਡੀ ਨੇ ਗਲਤ ਸਮੇਂ ਤੇ ਕੀਤੀ ਜੀ, ਚਾਰ ਤੋਂ ਮਹੀਨਾ ਪਹਿਲਾਂ ਕਰਦੀ ਜਾਂ ਬਾਅਦ ਚ ਕਰਦੀ। ਇਲੈਕਸ਼ਨ ਦੇ ਵਿੱਚ ਗ੍ਰਿਫਤਾਰੀ ਕਰਨਾ ਤੇ ਅਗਲੇ ਨੂੰ ਤੁਸੀਂ ਪੋਲੀਟੀਕਲ ਤੌਰ ਤੇ ਕਮਜ਼ੋਰ ਕਰ ਰਹੇ ਹੋ। ਇਸ ਚੀਜ਼ ਨੂੰ ਸੰਕੇਤ ਮਿਲੇ ਸੀ, ਉਹਨਾਂ ਕਿਹਾ ਸੀ ਕਿ ਜੇ ਕਿਤੇ ਇਹ ਆਪਣੀ ਕਿਉਂ ਉਹਨਾਂ ਨੇ ਕੇਸ ਆਪਣੇ ਨਹੀਂ ਸੀ ਜਮਾਨਾ ਨਹੀਂ ਲਾਇਆ, ਉਹਨਾਂ ਕੇਸ ਲਾਇਆ ਸੀ ਮੇਰੀ ਗ੍ਰਿਫਤਾਰੀ ਗਲਤ ਕੀਤੀ ਗਈ ਹੈ, ਮੇਰਾ ਬਕਾਇਦਾ ਤੌਰ ਤੇ ਰਿਮਾਂਡ ਗਲਤ ਲਿਆ ਗਿਆ ਵਾ, ਉਹ ਬਣਦਾ ਹੀ ਨਹੀਂ ਕੇਸ ਦਰਮੇ ਤੇ ਬਣਦਾ ਹੀ ਨਹੀਂ ਗਾ। ਲੇਕਿਨ ਕੋਰਟ ਨੇ ਇੰਨੀ ਗੱਲ ਕਹੀ ਕਿ ਜੇ ਉਹ ਆਪੀ ਇੰਟਰਨ ਬਿੱਲ ਅੰਤਰ ਜਮਾਨਤ ਲਾਉਂਦੇ ਆ ਤੇ ਉਹਦੇ ਤੇ ਵਿਚਾਰ ਕੀਤਾ ਜਾ ਸਕਦਾ, ਜਿੱਥੋਂ ਸੰਕੇਤ ਸੀਗਾ ਕਿ ਉਹਨਾਂ ਨੂੰ ਬਕਾਇਦਾ ਤੌਰ ਤੇ ਇਹ ਜਮਾਨਤ ਮਿਲ ਸਕਦੀ। ਅੱਜ ਉੱਥੇ ਬਕਾਇਦਾ ਤੌਰ ਤੇ ਅਭਿਸ਼ੇਕ ਸਿੰਘ ਵੀ ਜਿਹੜੇ ਇਹਨਾਂ ਦੇ ਵਕੀਲ ਸਨ ਉਹ, ਤੇ ਦੂਜੇ ਪਾਸੇ ਜਿਹੜੇ ਐਸ ਪੀ ਰਾਜੂ ਜਿਹੜੇ ਅਡੀਸ਼ਨਲ ਐਡਵੋਕੇਟ ਜਨਰਲ ਨੇ ਉਹ ਪੇਸ਼ ਹੋਏ ਨੇ। ਉਹਨਾਂ ਨੇ ਇਹਨਾਂ ਨੇ ਆਪਣੇ ਪੱਖ ਪੇਸ਼ ਕੀਤਾ, ਉਹਨਾਂ ਆਪਣਾ ਪੱਖ ਫੀਚਰ ਕੀਤਾ ਤੇ ਉਹਨਾਂ ਨੇ ਇੰਨੀ ਗੱਲ ਕਹੀ ਰਾਜੂ ਨੇ ਕਿ ਸਾਡੇ ਕੋਲ ਕੁਝ ਹੋਰ ਸਬੂਤ ਵੀ ਆਏ ਨੇ, ਸਾਨੂੰ ਸਮਾਂ ਦਿੱਤਾ ਜਾਵੇ ਪੇਸ਼ ਕਰਨ ਦਾ। ਤੇ ਸੁਪਰੀਮ ਕੋਰਟ ਨੇ ਕਰਤਾ ਠੀਕ ਹੈ,
ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਤੇ ਬਕਾਇਦਾ ਤੌਰ ਤੇ ਪੰਥਕ ਮਸਲਿਆਂ ਨੂੰ ਜਿਹੜਾ ਸੀ ਹੱਲ ਕਰਨ ਵਾਸਤੇ 133 ਕਰੋੜ 1.6 ਲੱਖ ਡਾਲਰ ਜਿਹੜੇ ਆ ਉਹ ਕੇਜਰੀਵਾਲ ਨੂੰ ਦਿੱਤੇ ਗਏ ਸਿੱਖ ਪਰ ਜਸਟਿਸ। ਹੁਣ ਜੇ ਵੀਕੇ ਸਕਸੈਨਾ ਉੱਥੋਂ ਜਿਹੜੇ ਉਪ ਰਾਜਪਾਲ ਨੇ ਡਿਪਟੀ ਗਵਰਨਰ ਨੇ ਉਹ ਦੋਸ਼ ਲਾਉਂਦੇ ਆ ਤੇ ਇਸ ਸਿਚੁਏਸ਼ਨ ਦੀ ਗੱਲ ਹੋਣਗੇ ਪੋਸੀਬਿਲਟੀ ਵੀ ਉਹਨਾਂ ਦੋਸ਼ਾਂ ਚ ਉਹਨਾਂ ਨੇ ਇੰਨੀ ਗੱਲ ਕਹੀ ਵੀ ਇਹਦੀ ਜਾਂਚ NIA ਕਰੇ ਜੀ ਤੇ 9 ਤਰੀਕ ਨੂੰ ਇਹਦਾ ਕੋਈ ਰਿਕਾ ਡਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਲੇਕਿਨ ਸੁਪਰੀਮ ਕੋਰਟ ਪੋਸੀਬਿਲਟੀ ਗੱਲ ਕਹੇ ਵੀ ਭਾਈ ਜਦੋਂ ਤੁਸੀਂ ਇਨਵੈਸਟੀਗੇਸ਼ਨ ਕਰੋ ਵਿੱਚ ਵਿਚਾਰ ਲਿਆ ਜਾਊਗਾ ਉਮੀਦ ਆ ਵੀ 9 ਤਰੀਕ ਨੂੰ ਸ਼ਾਇਦ ਕੇਜਰੀਵਾਲ ਦਾ ਤੁਹਾਨੂੰ ਇੰਟਰਨ ਬੇਲ ਮਿਲ ਜੇ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਜੀ ਉਹਨਾਂ ਨੇ ਇੰਨੀ ਗੱਲ ਕਹੀ SP ਰਾਜੂ ਨੇ ਵੀ ਚਲੋ ਜੇ ਤੁਸੀਂ ਬੇਲ ਦੇਣੀ ਚਾਹੁੰਦੇ ਦੇ ਸਕਦੇ ਹੋ ਕੋਈ ਗੱਲ ਨੀ ਲੇਕਿਨ ਇੱਕ ਗੱਲ ਆ ਕੇਜਰੀਵਾਲ ਆਪਣੇ ਮੁੱਖ ਮੰਤਰੀ ਦਫ਼ਤਰ ਨਹੀਂ ਜਾਣਗੇ ਸਿਰਫ ਪ੍ਰਚਾਰ ਕਰਨਗੇ ਤੇ ਆਬਕਾਰੀ ਮਾਮਲੇ ਦੇ ਉੱਤੇ ਨਾ ਕੋਈ ਬਿਆਨ ਦੇਣਗੇ ਤੇ ਨਾ ਕਿਸੇ ਵਾਦ ਪ੍ਰਾਪਤ ਕਰਨਗੇ ਇਹ ਗੱਲਾਂ ਦੋ ਕਹੀਆਂ ਲੇਕਿਨ ਅਭਿਸ਼ੇਕ ਸਿੱਗੂ ਨੇ ਕਿਹਾ ਸਾਨੂੰ ਮਨਜ਼ੂਰ ਆ ਲੇਕਿਨ ਇੱਕ ਸ਼ਰਤ ਤੇ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਜੇ ਕੋਈ ਵੀ ਫਾਈਲ ਜਾਂਦੀ ਆ ਜਿਹਦੇ ਤੇ ਕੇਜਰੀਵਾਲ ਦੇ ਸਾਈਨ ਨਹੀਂ ਹੈਗੇ ਥੱਲੇ ਓਫੀਸ਼ੀਅਲ ਮਸ਼ੀਨਰੀ ਪੂਰੀ ਕਰਕੇ ਭੇਜਦੀ ਆ ਮੰਤਰੀ ਪੂਰੀ ਕਰਕੇ ਭੇਜਦੇ ਉਹਦੇ ਤੇ ਰੋਕ ਕਿਸੇ ਪ੍ਰਕਾਰ ਦੀ ਜਿਹੜੀ ਆ ਉਹ ਲੈਫਟੀਨੈਂਟ ਗਵਰਨਰ ਨਹੀਂ ਲਾਉਣਗੇ ਜੀ ਉਹਨਾਂ ਵੀ ਸ਼ਰਤ ਰੱਖਤੀ ਉਹਨਾਂ ਨੇ ਕਿਹਾ ਤਾਂ ਸ਼ਰਤ ਰੱਖਤੀ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੇਜਰੀਵਾਲ ਹੋਰਾਂ ਨੂੰ ਇੰਟਰਨ ਬਿੱਲ ਮਿਲਦੀ ਕਿ ਨਹੀਂ ਮਿਲਦੀ ਜੇ ਮਿਲਦੀ ਆ ਤੇ ਦਿਨ ਕਿੰਨੇ ਰਹਿ ਗਏ ਦਿਨ ਰਹਿ ਗਏ ਸਿਰਫ 20 ਜੀ ਕਿਉਂ 28 ਤਰੀਕ ਨੂੰ 29-30 ਤਰੀਕ ਨੂੰ ਤੇ ਜਿਹੜਾ ਚੋਣ ਪ੍ਰਚਾਰ ਸਾਰੇ ਦੇਸ਼ ਬੰਦ ਹੋ ਜਾਣਾ 25 ਤਰੀਕ ਨੂੰ ਦਿੱਲੀ ਚੋਣਾਂ ਵੋਟਾਂ ਪੈ ਜਾਣੀਆਂ ਤੇ 30 ਤਰੀਕ ਨੂੰ ਪੰਜਾਬ ਚ ਪੈ ਜਾਣੀ ਪੰਜਾਬ ਹਰਿਆਣਾ ਦੇ ਵਿੱਚ ਬਿਲਕੁਲ ਆਖਰੀ ਚੋਣਾਂ ਜਿਹੜੀਆਂ ਉਹ 57 ਸੀਟਾਂ ਤੇ ਪੈਣੀਆਂ ਜਿਹੜੀ ਆਖਰੀ ਗੇੜ ਦੀਆਂ ਪੰਜਾਬ ਤੇ ਹਰਿਆਣਾ ਦੇ ਹੁਣ ਕੇਜਰੀਵਾਲ ਸਾਹਿਬ ਨੂੰ ਇਹ ਬੇਲ ਜੇ ਮਿਲ ਜਾਂਦੀ ਆ ਤੇ ਫਿਰ ਪ੍ਰਚਾਰ ਕਰਨਾ ਉਹਨਾਂ ਨੂੰ ਧੂੰਆਂ ਦਾ ਪ੍ਰਚਾਰ ਕਰਨਗੇ ਲੇਕਿਨ ਤੂੰ ਬੜਾ ਉਹਨਾਂ ਨੂੰ ਫੂਕ ਫੂਕ ਕੇ ਕਦਮ ਰੱਖਣਾ ਦੇਖੋ ਤੁਹਾਡੇ ਸਾਹਮਣੇ ਆ ਵੀ ਜਿਹੜੇ ਸੰਜੇ ਸਿੰਘ ਜੀ ਜਦੋਂ ਬਾਹਰ ਆਏ ਸੀ ਕਿੰਨੇ ਜਿਹੜੇ ਉਤਸ਼ਾਹਿਤ ਸੀਗੇ ਕਿੰਨੇ ਉਹ ਜੋਸ਼ ਨਾਲ ਬਿਆਨ ਦਿੰਦੇ ਸੀ ਧਾਕੜ ਬਿਆਨ ਦੇ ਰਹੇ ਸੀ ਲੇਕਿਨ ਜਦੋਂ ਮਾੜਾ ਜਿਹਾ ਪਤਾ ਲੱਗਾ ਵੀ ਮੇਰੇ ਤੇ ਕੋਈ ਗੱਲ ਡਿੱਗ ਸਕਦੀ ਚੁੱਪ ਕਰਕੇ ਬੈਠ ਗਏ ਉਹਨਾਂ ਨੂੰ ਆਸ ਇਹ ਸੀਗੀ ਵੀ ਸ਼ਾਇਦ ਕੇਜਰੀਵਾਲ ਦੀਆਂ ਪਾਵਰ ਮੈਨੂੰ ਮਿਲ ਜਾਣ ਕੇਜਰੀਵਾਲ ਮੈਨੂੰ ਉਹ ਕੋਕ ਨੂੰ ਬਣਾ ਕੇ ਖਿਲਾ ਦੇਣ ਲੇਕਿਨ ਉਹਨਾਂ ਨੇ ਲਾਇਆ ਉਹਨਾਂ ਆਪਣੀ ਪਤਨੀ ਨੂੰ ਅੱਗੇ ਕਰਤਾ ਬਿਲਕੁਲ ਉਹਨਾਂ ਦੀ ਪਤਨੀ ਹੁਣ ਪੰਜਾਬ ਚ ਹੀ ਪ੍ਰਚਾਰ ਕਰਨ ਆ ਰਹੀ ਆ ਹਰਿਆਣੇ ਚ ਵੀ ਕਰਨ ਆ ਰਹੀ ਆ ਤੇ ਬਕਾਇਦਾ ਤੌਰ ਤੇ ਹੋਰ ਵੀ ਇੱਕ ਦੋ ਜਾ ਰਹੀ ਆ ਤੇ ਜੇ ਪੰਜਾਬ ਚ ਪ੍ਰਚਾਰ ਕਰਨ ਵਾਸਤੇ ਹੋ ਰਹੀ ਆ ਉਹਨਾਂ ਦੀ ਜਿਹੜੀ ਆ ਸਟਾਰ ਪ੍ਰਚਾਰਕ ਉਹ ਆ ਤੇ ਫਿਰ ਸੰਜੇ ਹੋਰੀ ਕਿੱਥੇ ਚੱਲੀ ਉਹ ਤਾਂ ਗਏ ਇਸ ਕਰਕੇ ਆਪਾਂ ਇਸੇ ਮੱਝ ਤੋਂ ਪਹਿਲੇ ਦਿਨ ਕਿਹਾ ਸੀ ਵੀ ਕੇਜਰੀਵਾਲ ਨੂੰ ਕਿਸੇ ਵੀ ਆਪਣੇ ਵਰਕਰ ਤੇ ਕਿਸੇ ਵੀ ਲੀਡਰ ਤੇ ਵਿਸ਼ਵਾਸ ਨਹੀਂ ਇਸ ਕਰਕੇ ਉਹਨਾਂ ਨੇ ਆਪਣੀ ਘਰ ਜੋਗੇ ਕੀਤਾ ਵਾ ਫਾਰ ਐਗਜ਼ਾਮਪਲ ਕੱਲ ਨੂੰ ਕੇਜਰੀਵਾਲ ਸਾਹਿਬ ਜ਼ਮਾਨਤ ਤੇ ਚਲੋ 30 ਤਰੀਕ ਤੱਕ ਜਾਂ 4 ਦਿਨ ਤੱਕ ਬਾਹਰ ਆ ਜਾਂਦੇ ਜੀ ਹੁਣ 4 ਜੂਨ ਤੋਂ ਲੈ ਕੇ ਜੁਲਾਈ ਤੱਕ ਇੱਦਾਂ ਕੰਮ ਚੱਲਣਗੇ ਜੁਲਾਈ ਦੇ ਵਿੱਚ ਜਾ ਕੇ ਫਿਰ ਕੇਜਰੀਵਾਲ ਸਾਹਿਬ ਆਪਣੀ ਪਤਨੀ ਨੂੰ ਬਕਾਇਦਾ ਤੌਰ ਤੇ ਮੁੱਖ ਮੰਤਰੀ ਲੀਡਰ ਬਣਾ ਸਕਦੇ ਜੀ ਹੁਣ ਤੁਸੀਂ ਸੋਚੋਗੇ ਵੀ ਜੁਲਾਈ ਚ ਕਿਉਂ ਕਿਉਂਕਿ ਫਰਵਰੀ ਦੇ ਵਿੱਚ 2005 ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਫਿਰ 6 ਮਹੀਨੇ ਪੂਰੇ ਉਹ ਕੱਢ ਜਾਣਗੇ ਜੀ 6 ਮਹੀਨੇ ਪੂਰੇ ਕਰ ਜਾਣਗੇ ਦੂਸਰੇ ਪਾਸੇ
ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ ਆ ਜੀ। ਸੁਖਬੀਰ ਸਿੰਘ ਬਾਦਲ ਕਹਿੰਦੇ ਵੀ ਜਿਹੜੀ ਹਾਲਤ ਆਮ ਆਦਮੀ ਪਾਰਟੀ ਦੀ ਪੰਜਾਬ ਚ ਹੋ ਰਹੀ ਤੇ ਕੋਈ ਸ਼ੱਕ ਵਾਲੀ ਗੱਲ ਨੀ, ਪਿੰਡਾਂ ਚ ਲੋਕ ਕਾਫੀ ਨਾਰਾਜ਼ ਨੇ, ਲੋਕ ਘੇਰਦੇ ਵੀ ਆ, ਸਵਾਲ ਵੀ ਪੁੱਛਦੇ ਆ। ਹੁਣ ਪਰਸੋਂ ਜਦੋਂ ਇੱਕ ਲੜਕਾ ਸਵਾਲ ਪੁੱਛਣ ਲੱਗਾ ਨੌਜਵਾਨ ਤੋਂ, ਉਹਨੂੰ ਇਹਨਾਂ ਦੇ ਵਰਕਰਾਂ ਨੇ ਕੁੱਟ ਕੇ ਜਿਹੜਾ ਸੀ ਗਲੀ ਚ ਲੈ ਕੇ ਕੁੱਟਿਆ ਫੜ ਕੇ ਉਹਨੂੰ ਪੁਲਿਸ ਨੇ ਬੜੀ ਮੁਸ਼ਕਿਲਾਂ ਛਡਾਇਆ। ਇਹ ਗੱਲ ਥੋੜੀ ਮੰਨਦੀ ਕੋਈ ਨਾ ਕੋਈ ਭਾਈ, ਅਗਲੇ ਦੇ ਸਵਾਲਾਂ ਦੇ ਜਵਾਬ ਦਿਓ, ਤੁਸੀਂ ਕਿਉਂ ਨੀ ਦਿੰਦੇ ਜਵਾਬ? ਜੇ ਲੋਕ ਪੁੱਛਦੇ, ਲੋਕਾਂ ਦਾ ਹੱਕ ਆ, ਇਹੋ ਜਿਹੇ ਮੌਕਾ ਉਹਨਾਂ ਨੂੰ ਪੁੱਛਣ ਦਾ ਹੈਗਾ ਵਾ ਜੀ। ਹੁਣ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਰਿਜ਼ਲਟ ਆਉਣਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਭਗਵੰਤ ਮਾਨ ਉਹ ਬਕਾਇਦਾ ਤੌਰ ਤੇ ਭਾਜਪਾ ਨਾਲ ਰਲ ਕੇ ਪੰਜਾਬ ਦੀ ਸਰਕਾਰ ਬਣਾਏਗਾ ਜੀ। ਉਹਨਾਂ ਕੋਲ ਕੀ ਪ੍ਰੂਫ ਆ, ਕੀ ਆ, ਕੀ ਨਹੀਂ, ਕਿ ਉਹਨਾਂ ਸ਼ਗੂਫਾ ਛੱਡਿਆ ਤੇ ਉਹਨਾਂ ਨੂੰ ਪਤਾ ਹੋਊਗਾ। ਆ ਸ਼ਗੂਫੇ ਦਾ ਅੱਜ ਕੱਲ ਤੁਹਾਨੂੰ ਪਤਾ ਤੁਰੇ ਜਾਂਦੇ ਹੀ ਛੱਡ ਦਿੰਦੇ ਆ, ਸਿਆਸਤ ਆ ਜੀ ਬਿਲਕੁਲ। ਲੇਕਿਨ ਜੇ ਇਹ ਗੱਲ ਕਹੀ ਹੈ, ਜੇ ਗੱਲ ਹੁੰਦੀ ਹੈ ਤੇ ਬੜੀ ਵੱਡੀ ਗੱਲ ਹੈ। ਜੋ ਭਾਜਪਾ ਜਿਹੜੀ ਆ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਦਾ ਵੇਖੋ, ਨੈਸ਼ਨਲ ਲੈਵਲ ਤੇ ਜਿਹੜੀਆਂ ਸਾਡੇ ਸਰਵੇ ਆ ਰਹੇ ਨੇ ਵੀ 200 ਸੀਟ ਭਾਜਪਾ ਲੈ ਜਾਏਗੀ, 220 ਸੀਟਾਂ ਭਾਜਪਾ ਲੈ ਜਾਏਗੀ, ਠੀਕ ਹੈ। ਲੇਕਿਨ ਜੇ ਕਿਤੇ ਫੇਰ ਵੀ ਜਿਹੜੀ ਆ ਸਭ ਤੋਂ ਵੱਡੀ ਪਾਰਟੀ ਭਾਜਪਾ ਆਉਂਦੀ, ਭਾਵੇਂ ਕੋਈ 272 ਦਾ ਅੰਕੜਾ ਨਾ ਵੀ ਹੋਵੇ ਜੀ, ਲੇਕਿਨ ਪਹਿਲ ਕਦਮੀ ਸਭ ਤੋਂ ਪਹਿਲਾਂ ਰਾਸ਼ਟਰਪਤੀ ਜਿਹੜੀ ਬੀਬੀ ਆ ਉਹ ਪਹਿਲਾਂ ਸਭ ਤੋਂ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਵੇ। ਬਿਲਕੁਲ। ਇਹਨਾਂ ਕੋਲ ਫਿਰ ਬੜੇ ਬੜੇ ਫੰਡ ਪਏ ਨੇ, ਫਿਰ ਜੋ ਮਰਜ਼ੀ ਕਰ ਲੈਣਗੇ, ਪੂਰੀ ਕੋਸ਼ਿਸ਼ ਕਰਨਗੇ 272 ਕਰਕੇ ਅਸੀਂ ਕਿਸੇ ਤਰੀਕੇ ਨਾਲ ਆਪਣੀ ਸਰਕਾਰ ਬਰਕਰਾਰ ਰੱਖੀਏ। ਉਹ ਹਫ਼ਤਾ ਟਾਈਮ ਦਿੰਦੇ ਆ, ਮਹੀਨਾ ਦਿੰਦੇ, ਮਹੀਨੇ ਬਾਅਦ ਦੇ ਨੀ ਸਕਦੇ, 15 ਦਿਨ ਦੇ, ਇਹ ਨੀ ਪਤਾ। ਇਸ ਕਰਕੇ ਭਾਈ ਇਹ ਗੱਲ ਸਹੀ ਹੈ ਵੀ ਜਿਹੜੀ ਚੋਣਾਂ ਤੋਂ ਬਾਅਦ ਜਿਸ ਸਰਵੇ ਦੇ ਹਿਸਾਬ ਦੇ ਮੁਤਾਬਕ ਸਭ ਤੋਂ ਵੱਡੀ ਪਾਰਟੀ ਭਾਜਪਾ ਬਣ ਕੇ ਆਏਗੀ ਤੇ ਸਭ ਪਹਿਲਾ ਸੱਦਾ ਭਾਜਪਾ ਨੂੰ ਮਿਲੇਗਾ ਸਰਕਾਰ ਬਣਾਉਣ ਦਾ ਜੀ। ਪਰ ਗੱਲ ਕਰੀਏ ਜੀ, ਭਾਜਪਾ ਉੱਥੇ ਸਰਕਾਰ ਬਣਾਉਣ ਨੂੰ ਫਿਰਦੀ ਹੈ, ਭਾਜਪਾ ਦੇ ਇੱਧਰੋਂ ਮਣ ਕੇ ਕਿਰਦੇ ਜਾਂਦੇ ਨੇ। ਰਵੀਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਬਠਿੰਡੇ ਦੇ ਨੇ। ਸੁਖਬੀਰ ਸਿੰਘ ਬਾਦਲ ਆਪਦੀ ਧਰਮ ਪਤਨੀ ਜਿਤਾਉਣ ਦੇ ਲਈ ਹਰ ਤਾਮ ਦੰਡ ਭੇਦ ਕਹਿ ਰਿਹਾ ਵੀ ਮੇਰੇ ਲਈ ਤਾਂ ਇਕੱਲਾ ਬਠਿੰਡਾ, ਦਿੱਲੀ ਚੰਡੀਗੜ੍ਹ ਖੂਹ ਖਾਤੇ ਜਾਵੇ, ਚੰਡੀਗੜ੍ਹ ਵਾਲਾ ਭੱਜ ਗਿਆ, ਉਹ ਇੱਧਰਲੇ ਕਰਲਾਈ ਜਾਣ, ਕੀ ਕਰੀ ਜਾਣ, ਕੁਛ ਨਹੀਂ, ਸਿਰਫ ਉਹਨਾਂ ਨੂੰ ਬਠਿੰਡਾ ਹੀ ਦੀਂਦਾ ਅਤੇ ਬਠਿੰਡੇ ਦੇ ਵਿੱਚ ਹਰ ਤਰ੍ਹਾਂ ਦਾ ਹਰਬਾ ਉਹ ਵਰਤ ਰਹੇ ਨੇ। ਭਾਜਪਾ ਵਾਲਾ ਰਵੀਪ੍ਰੀਤ ਸਿੰਘ ਉਹਨਾਂ ਨੇ ਰਲਾਉਣ ਦੀ ਗੱਲ ਚੱਲ ਰਹੀ ਹੈ ਕਿਉਂਕਿ ਅਸਤੀਫਾ ਉਹਨਾਂ ਦਾ ਜਾ ਹੀ ਗਿਆ। ਜਿੱਥੋਂ ਤੱਕ ਤੁਸੀਂ ਇਹਨਾਂ ਦੀ ਗੱਲ ਕਰਦੇ ਹੋ ਨਾ ਵੀ ਹੱਥ ਕੰਡੇ ਅਪਣਾ ਰਿਹਾ, 2017 ਦੇ ਵਿੱਚ ਇਹਨੇ ਆਪਣੀ ਕਿਚਨ ਕੈਬਨਿਟ ਚ ਗੱਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ। ਕਿਚਨ ਕੈਬਨਿਟ ਚ ਇਹ ਗੱਲ ਕਹਿ ਸੀ ਵੀ 1,000 ਕਰੋੜ ਰੁਪਇਆ ਖਰਚਾਂਗੇ ਤੁਸੀਂ ਚੋਣਾਂ ਜਿੱਤਣਾ ਜੀ। ਅੱਜ ਦੀ ਡੇਟ ਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਨ ਚ ਭਰਮ ਆ ਵੀ ਪੈਸੇ ਦੀ ਜਿਹੜੀ ਵੋਟਾਂ ਖਰੀਦੀ ਆ ਉਹ ਤੁਹਾਡੀਆਂ ਬਾਕੀ ਹੋਈ ਜੀ। ਇਹ ਉਹਨਾਂ ਦੇ ਮਨ ਚ ਵਹਿਮ ਆ ਜਾਂ ਸੱਚਾਈ ਆ ਇਹਦੀ ਪਤਾ ਬਣੀ, ਉਸ ਤੋਂ ਹੀ ਬੰਦੇ ਗੱਲਾਂ ਦੱਸਣ ਦੇ ਵਿੱਚ ਵਿੱਚ ਆ। ਲੇਕਿਨ 2017 ਦੇ 1,000 ਕਰੋੜ ਰੁਪਇਆ ਖਰਚ ਕਰਕੇ ਚੋਣਾਂ ਜਿੱਤਣ ਦੀ ਗੱਲ ਕਰਦੇ ਹਸ਼ਰ ਕੀ ਹੋਇਆ ਸਰ? 2022 ਚ ਵੀ ਖਰਚ ਕਰ ਸਕਦੇ, ਹਸ਼ਰ ਕੀ ਹੋਇਆ ਸਰ? ਬਿਲਕੁਲ, ਬੰਦੇ ਇਹਨਾਂ ਨੂੰ ਛੱਡ ਛੱਡ ਕੇ ਜਾ ਰਹੇ ਆ। ਤਲਵੀਰ ਸਿੰਘ ਗਿੱਲ ਨੇ ਜਿਹੜੇ ਸੰਗੀਨ ਇਲਜ਼ਾਮ ਲਾਏ ਇਹਨਾਂ ਤੇ, ਅਕਾਲੀ ਦਲ ਤੇ ਵਿੱਚ ਚਿੱਠੀਆਂ ਤੇ ਲਾਏ ਆ, ਬਾਕੀ ਆਗੂਆਂ ਤੇ ਲਾਏ ਆ, SDPC ਤੇ ਲਾਏ, ਜਿਹੜੀ ਗੱਲ ਕਹੀ ਆ ਵੀ ਉਹਨਾਂ ਦੇ ਸਖਤ ਜਿਹੜੇ ਕਾਂ ਦੇ ਸਿਰ ਦਿਹਾੜੀ 3 ਵਾਰੀ ਫੀਮ ਖਾਂਦੇ ਆ, ਉਹ ਤਾਂ ਬੜਾ ਤਕੜਾ ਕਹਿੰਦਾ ਕਾਂ ਦੇ ਸਿਰ ਜਿੱਡੀ, ਮੈਨੂੰ ਹਾਸਾ ਹੀ ਬੜਾ ਆਇਆ। ਆਹੋ ਤੇ ਕਾਂ ਦੇ ਸਿਰ ਜੀ ਨੇ ਮੁਖਾਣੀ ਸੁੱਖੀ ਲੰਘਾਉਣੀ ਔਖੀ ਹੈ ਤੇ ਸਾਰੀ ਤਾਂ ਮੇਰੀ ਔਖੀ ਹੈ। ਉਹ ਤੇ ਚਲੋ ਉਹਨੇ ਆਪਣੀ ਗੱਲ ਤਰੀਕੇ ਨਾਲ ਕਰਤੀ, ਕਾਂ ਦੇ ਸਿਰ ਜਿੱਡੀ ਕਹਿਤੀ। ਅੱਜ ਇੱਕ ਇੰਟਰਵਿਊ ਕਹਿੰਦਾ ਸੀ, ਮੈਂ ਝੂਠੇ ਸਿਰ ਜਿੱਦੀ ਵੀ ਕਹਿ ਸਕਦਾ ਭਾਈ, ਉਹ ਤੇ ਫਿਰ ਕੋਈ ਹੋਰ ਹੀ ਤੇ ਤੂੰ ਬਾਹਰੇ ਆਊ ਤੇ ਖਾ ਦੇ, ਉਦਾਂ ਖਾ ਨਹੀਂ ਸਕਦਾ।
ਹੁਣ ਤਲਵੀਰ ਗਿੱਲ ਵਰਗੇ ਛੱਡ ਕੇ ਹੋਰ ਕੋਈ ਛੱਡ ਕੇ ਅੱਜ ਵੀ ਤਿੰਨ ਚਾਰ ਬੰਦੇ ਜਿਹੜੀ ਛੱਡ ਕੇ ਚਲੇ ਗਏ ਵੀ ਚੰਡੀਗੜ੍ਹ ਵਾਲਾ ਬੰਦਾ ਜਿਹੜਾ ਹਰਦੀਪ ਸਿੰਘ ਤਿੰਨ ਵਾਰੀ ਦਾ ਲਗਾਤਾਰ ਕੌਂਸਲਰ ਆ ਉੱਥੇ ਜੀ ਜੇ ਤਿੰਨ ਵਾਰੀ ਦਾ ਕੌਂਸਲ ਹੁੰਦਾ ਮੇਰੇ ਕੋਲ ਫੰਡ ਹੀ ਨੀ ਹੈਗੇ ਮੈਂ ਚੋਣ ਲੜ ਸਕਾਂ ਮੈਂ ਤੇ ਸਿਰਫ ਆਪਣੇ ਜਿਹੜੇ ਕੌਂਸਲ ਮੇਰੇ ਏਰੀਆ ਮੈਂ ਉੱਥੇ ਲੋਕਾਂ ਦੀ ਸੇਵਾ ਕਰਦਾ ਮੈਂ ਕਰਦਾ ਰਹੂੰਗਾ ਜੀ ਜਦੋਂ ਉਹਨੂੰ ਇਹ ਗੱਲ ਕਹੀ ਵੀ ਤੂੰ ਭਾਜਪਾ ਜਾਏਗਾ ਉਹ ਕਹਿੰਦਾ ਨਾ ਅਜੇ ਮੇਰਾ ਕੋਈ ਵਿਚਾਰ ਨੀ ਕਿਤੇ ਜਾਣ ਦਾ ਮੈਂ ਆਪਣੀ ਸੇਵਾ ਜਿੱਦਾਂ ਪਹਿਲਾਂ ਕਦੋਂ ਦਾ ਕਰਦਾ ਰਹੂੰਗਾ ਮੈਂ ਜੀ ਚਲੋ ਵੇਖੋ ਜਦੋਂ ਤੁਸੀਂ ਇੱਕ ਵਾਰੀ ਕੋਈ ਪਾਰਟੀ ਆਪਣੇ ਵਰਕਰ ਕਿਸੇ ਦੂਜੇ ਦੀ ਹਮਾਇਤ ਤੇ ਆਪਣੇ ਵਰਕਰ ਚਲਾ ਦਿੰਦੀ ਮੁੜਕੇ ਵਾਪਸ ਨੀ ਮੁੜਦੀ ਇਹੋ ਹੀ ਕੰਮ ਦਾ ਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਦੋ ਦੀ ਤਿੰਨ ਵਾਰੀ ਕੀਤਾ ਚੰਡੀਗੜ੍ਹ ਦੇ ਆਪਣਾ ਜਿਹੜਾ ਐਮ ਐਲ ਏ ਸੀ ਉਹਨੂੰ ਕਹਿਤਾ ਵੀ ਤੂੰ ਵੋਟ ਭਾਜਪਾ ਨੂੰ ਪਾਉਣੀ ਤੇ ਫਿਰ ਕਹਿੰਦਾ ਜੇ ਭਾਜਪਾ ਨੂੰ ਜਾਣਾ ਤੇ ਫਿਰ ਚੰਗੀ ਤਰ੍ਹਾਂ ਚੱਲ ਜਾ ਫਿਰ ਮੈਂ ਤੁਹਾਡੇ ਤੁਹਾਡੇ ਅੱਗੇ ਜੂਗਾ ਆਪਣੇ ਹੱਥ ਡਣੇ ਹੁਣ ਉਹਦੇ ਵੱਲੋਂ ਇਸ ਮਾਹੌਲ ਦੇ ਵਿੱਚ ਆਪਣੀ ਟਿਕਟ ਵਾਪਸ ਕਰਨੀ ਚੰਡੀਗੜ੍ਹ ਨੂੰ ਵਾਪਸ ਕਰਨੀ ਵੀ ਮੈਂ ਇਲੈਕਸ਼ਨ ਨਹੀਂ ਲੈਣੀ ਮੇਰੇ ਤੋਂ ਫੰਡ ਨਹੀਂ ਇਹ ਗੱਲ ਉਹਦੀ ਦਰੁਸਤ ਆ ਤੁਹਾਨੂੰ ਪਤਾ ਹੋਏਗਾ ਅੱਜ ਤੋਂ ਤੁਸੀਂ 50 ਸਾਲ ਪਿੱਛੇ ਚੱਲ ਜਾਓ ਅਕਾਲੀ ਦਲ ਟਿਕਟ ਵੀ ਦਿੰਦਾ ਸੀ ਤੇ ਨਾਲ ਪੈਸੇ ਵੀ ਦਿੰਦਾ ਤੂੰ ਇਲੈਕਸ਼ਨ ਲੜਨੀ ਸੀ ਕੋਈ ਸਮਾਂ ਸੀ ਪੰਜਾਬ ਸਰਕਾਰ ਨੂੰ ਅਕਾਲੀ ਦਲ ਬਕਾਇਦਾ ਤੌਰ ਤੇ ਕਰਜ਼ਾ ਦਿੰਦਾ ਰਿਹਾ ਵਾ ਬਿਲਕੁਲ ਕੋਈ ਸਮਾਂ ਸੀਗਾ ਕਿਤੇ ਇੰਨੇ ਪੈਸੇ ਸੀ ਅਕਾਲੀ ਦਲ ਕੋਲ ਹੁਣ ਤੇ ਨਾ ਇਹਨਾਂ ਦਾ ਕੋਈ ਦਫ਼ਤਰ ਆ ਤੇ ਨਾ ਕੋਈ ਕੈਸ਼ੀਅਰ ਆ ਸੁਖਬੀਰ ਸਿੰਘ ਬਾਦਲ ਹੀ ਸਭ ਕੁਛ ਉਹੀ ਦਫ਼ਤਰ ਹੈ ਤੇ ਉਹੀ ਪ੍ਰਧਾਨ ਹੈ ਤੇ ਉਹੀ ਕੈਸ਼ੀਅਰ ਤੇ ਉਹੀ ਹੈ ਉੱਥੋਂ ਰਹਿ ਨਹੀਂ ਗਿਆ ਕੋਈ ਉੱਥੇ ਜੀ ਇਸੇ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਸੁਖਬੀਰ ਸਿੰਘ ਬਾਦਲ ਦੀ ਦੋ ਤਿੰਨ ਫੰਡੇ ਨੇ ਇੱਕ ਤੇ ਉੱਥੋਂ ਦੀ ਸੀਟ ਜਿੱਤ ਜਾਵਾਂਗੇ ਕੱਲ ਨੂੰ ਫਿਰ ਸਾਡਾ ਕੀ ਭਾਜਪਾ ਨਾਲ ਗਿੜੀ ਮੱਤੀ ਗੱਲ ਬਣਦੀ ਹੈ ਤੇ ਫਿਰ ਅਸੀਂ ਮੰਤਰੀ ਬਣ ਜਾਂਗੇ ਤੇ ਜਿਹੜਾ ਸਾਨੂੰ ਵੱਡਾ ਸਾਰਾ ਵੇਲ ਮਿਲਿਆ ਨਾ ਦਿੱਲੀ ਦੇ ਵਿੱਚ ਉਹ ਸਾਡੇ ਕੋਲ ਖੁੱਸੇਗਾ ਨੀ ਜੇ ਚੋਣ ਹਰ ਜਾਂਦੇ ਅਗਲੇ ਉਸੇ ਲੈ ਜਾਂਦੇ ਭਾਈ ਚੁੱਕੋ ਟਿੰਡ ਭਰੀ ਆਪਣੀ ਨਹੀਂ ਉਹ ਤਾਂ ਖਾਲੀ ਕਰਵਾਇਆ ਹੋਇਆ ਜੀ ਫਲੈਟ ਦਿੱਤਾ ਹੋਇਆ ਕਹਿੰਦੇ ਹੁਣ ਤਾਂ ਫਲੈਟ ਨਹੀਂ ਵਾਹੇ ਕੋਠੀ ਟੇਪੀ ਹੁਣ ਵੀ ਹੈਗਾ ਫਲੈਟ ਨਹੀਂ ਹੈਗਾ ਹੁਣ ਉਹ ਹੀ ਖਾਲੀ ਕਰ ਲੈਣਾ ਇਹਨਾਂ ਨੇ ਉਹ ਖਾਲੀ ਕਰਾਉਣ ਤੋਂ ਬਾਅਦ ਮੁੜ ਕੇ ਇਹ ਨੀ ਗੱਲ ਨਹੀਂ ਕਿ ਮੈਂ ਉੱਥੇ ਆਪਣਾ ਦਿੱਲੀ ਚ ਤਕੜਾ ਫਾਰਮ ਹਾਊਸ ਬਣਾਇਆ ਵਾ ਪਰ ਲੱਖਾਂ ਤਾਂ ਚੁੱਪ ਕਰਿਆ ਬੈਠਾ ਜੀ ਕੋਈ ਐਕਟੀਵਿਟੀ ਹੈ ਨੀ ਫਿਰ ਤੇ ਫਿਰ ਪੈਗੀ ਫਿਰ ਜੇ ਖੜਾ ਹੋਇਆ ਤਾਂ ਹੀ ਹੈ ਨਾ ਜੀ ਜੇ ਖੜਾ ਹੋਇਆ ਤਾਂ ਹੀ ਬਿਲਕੁਲ ਬਿਲਕੁਲ ਮੇਰੀ ਕੱਲ ਵੀ ਕਿਸੇ ਬੰਦੇ ਨੂੰ ਖੜਾ ਹੋਏਗਾ ਖੜਾ ਹੋਏਗਾ ਇਹ ਨੀ ਪਤਾ ਖੜਾ ਹੁੰਦਾ ਕਿ ਨਹੀਂ ਹੁੰਦਾ ਦੂਸਰੀ ਚੀਜ਼ ਪਰਮਪਾਲ ਕੌਰ ਸਿੱਧੂ ਉਹਨੇ ਜਿੰਨੀ ਵੋਟ ਖੜਨੀ ਆ ਉਹਦਾ ਨੁਕਸਾਨ ਅਕਾਲੀ ਦਲ ਨੂੰ ਉਹਨੂੰ ਹੋਰ ਕਿਸਮ ਨੀ ਹੋਣਾ ਜਿਸ ਤਰੀਕੇ ਨਾਲ ਉਹ ਮਿਹਨਤ ਕਰ ਰਹੀ ਆ ਉਹ ਪੂਰੀ ਮਿਹਨਤ ਕਰ ਰਹੀ ਆ ਥੋੜੇ ਆਪਣੀ ਹਾਲੀ ਕੇ ਮਲੂਕਾ ਸਾਹਿਬ ਆਪ ਨੀ ਤੁਰੇ ਜੀ ਆਪ ਤੁਰ ਪੈਣ ਤੇ ਥੋੜਾ ਜਿਹਾ ਉਹਨਾਂ ਨੂੰ ਆਸਰਾ ਹੋਰ ਹੋ ਜਾਏ ਕਿਉਂਕਿ ਜਿਹੜੇ ਨਾਲ ਅੱਜ ਤੁਰੇ ਆ ਨਾ ਕੱਲ ਨੂੰ ਨਹੀਂ ਹੋ ਸਕਦੇ ਜੀ ਮਲੂਕਾ ਸਾਹਿਬ ਨੇ ਤੁਰੇ ਸਿੱਖ ਨਾਲ ਤੁਰੀ ਅਸੀਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਜੀ ਲੇਕਿਨ ਫਿਰ ਵੀ ਉੱਥੇ ਉਹ ਟੱਕਰ ਬੀਬੀ ਦੇ ਰਹੀ ਆ ਤੇ ਇਸ ਕਰਕੇ ਇੰਨਾ ਸੌਖਾ ਨੀ ਗਾ ਪਿਆ ਕਿ ਬਠਿੰਡੇ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉਮੀਦਵਾਰ ਬੜੇ ਆਰਾਮ ਨਾਲ ਸੀ ਦੋ ਵਾਰੀ ਤੇ 20,000 ਵੋਟ ਜਿੱਤੀ ਆ ਮੰਤਰੀ ਬਾਦਲ ਨੇ 20,000 ਤੇ ਲਾਇਆ ਪਿਛਲੀ ਰਾਜੇ ਬਿੰਦ 20,000 ਤੇ ਲਾਇਆ ਉਹ ਵੀ ਮੰਤਰੀ ਦੇ ਮਦਦ ਕੀਤੀ ਤੇ ਫਿਰ ਇਸ ਕਰਕੇ ਉਹ ਇੰਨੀ ਸੌਖੀ ਨੀ ਗੀ ਸੀਟ ਕਰਨੀ ਕੋਈ ਬਠਿੰਡੇ ਵਾਲੀ ਲੇਕਿਨ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਪੂਰਾ ਧਿਆਨ ਕੇਂਦਰਿਤ ਉਹਦੇ ਤੇ ਬਾਕੀ ਨੀ ਕੀਤਾ ਕਿਸੇ ਹਾਲੀ ਕੇ ਫਿਰੋਜ਼ਪੁਰ ਤੇ ਖਡੂਰ ਸਾਹਿਬ
ਇਹ ਵੀ ਪੰਥਕ ਟੀਚਾ ਨੇ, ਲੇਕਿਨ ਖਡੂਰ ਸਾਹਿਬ ਤੋਂ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਜ਼ੋਰ ਫੜਦਾ ਜਾ ਰਿਹਾ, ਉਹ ਵੀ ਇਹਨਾਂ ਲਈ ਚਿੰਤਾ ਦਾ ਵਿਸ਼ਾ ਵਾ। ਅੰਮ੍ਰਿਤਸਰ ਤੋਂ ਕੁਛ ਜਥੇਬੰਦੀਆਂ ਨੇ ਕੀਤਾ ਸੀ ਕਿ ਸੰਦੀਪ ਸੰਨੀ ਜਿਹਨੇ ਬਕਾਇਦਾ ਤੌਰ ਤੇ 2022 ਦੇ ਵਿੱਚ ਜਿਹੜਾ ਸੰਦੀਪ ਜੂਰੀ ਭਾਜਪਾ ਹੈਗਾ ਤੇ ਸ਼ਿਵ ਸੈਨਾ ਆਗੂ ਸੀ ਉਹਨੂੰ ਗੋਲੀ ਮਾਰੀ ਸੀ, ਤੁਹਾਨੂੰ ਪਤਾ ਹੋਇਆ ਜੀ, ਉਹਦਾ ਨਾਂ ਉਜਾਗਰ ਕੀਤਾ ਸੀ ਕੋਈ ਜਥੇਬੰਦੀਆਂ ਦੇ ਵੀ ਅੰਮ੍ਰਿਤਸਰ ਤੋਂ ਅਸੀਂ ਉਹਨੂੰ ਚੋਣ ਲੜਾਵਾਂਗੇ, ਲੇਕਿਨ ਮੇਰੀ ਇਨਫੋਰਮੇਸ਼ਨ ਮੁਤਾਬਕ ਉਹਨੇ ਗੱਲਾਂ ਕਰਤੀ ਵੀ ਮੈਂ ਚੋਣ ਨਹੀਂ ਲੜਨੀ ਇੱਥੇ, ਕਿ ਉੱਥੇ ਇਮਾਨ ਸਿੰਘ ਮਾਨ ਰਿਜੜਿਓ ਖੜੇ ਜੀ, ਉਹਨਾਂ ਦੇ ਬਰਾਬਰ ਨਾਲ ਚੋਣ ਨਹੀਂ ਲੜਨੀ। ਚਲੋ ਜੇ ਉਹ ਵੀ ਖੜਾ ਹੋ ਜਾਵੇ ਕੋਈ ਗੱਲ ਨੀ, ਲੇਕਿਨ ਇਹਨਾਂ ਨੂੰ ਆਉਣ ਵਾਲੇ ਦਿਨਾਂ ਚ ਹੋਰ ਹੀ ਫੈਸਲੇ ਸਕਦੇ ਆ, ਜਿਵੇਂ ਫਿਰੋਜ਼ਪੁਰ ਦਾ ਹੋਇਆ ਵਾ, ਪਹਿਲਾਂ ਖਡੂਰ ਸਾਹਿਬ ਦਾ ਹੋਇਆ ਵਾ, ਸਾਨੂੰ ਫਿਰੋਜ਼ਪੁਰ ਵੀ ਬੰਦਾ ਖੜਾ ਕਰ ਸਕਦੇ, ਸਾਨੂੰ ਸੰਗਰੂਰ ਵੀ ਖੜਾ ਕਰ ਸਕਦੇ ਬੰਦੇ ਜਥੇਬੰਦੀ ਆਪਣਾ, ਲੇਕਿਨ ਅੰਮ੍ਰਿਤਪਾਲ ਦਾ ਜਿਹੜਾ ਬਕਾਇਦਾ ਤੌਰ ਤੇ ਜਿਹੜੀ ਧਾਕ ਹੈ ਨਾ ਉਹ ਤੁਹਾਨੂੰ ਫਿਰੋਜ਼ਪੁਰ ਚ ਸੁਣਾਈ ਦੇਗੀ ਤੇ ਸੰਗਰੂਰ ਚ ਸੁਣਾਈ ਦੇਗੀ ਤੇ ਬਠਿੰਡੇ ਚ ਸੁਣਾਈ ਦੇਵੇ ਜੀ। ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ, ਤੇ ਹੁਣ ਗੱਲ ਥੋੜ੍ਹੀ ਜਿਹੀ ਫਿਰੋਜ਼ਪੁਰ ਦੀ ਤੁਸੀਂ ਛੇੜੀ ਹੈ, ਫਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਬੰਡਾਲਾ ਪਿੰਡ ਦੀ ਗੱਲ ਕਰੀਏ ਜੀ, ਕੀ ਭਾਣਾ ਵਾਪਰ ਹੈ ਉੱਥੇ? ਵੇਖੋ ਬੰਡਾਲਾ ਪਿੰਡ ਦੇ ਵਿੱਚ ਬਖਸ਼ੀਸ਼ ਸਿੰਘ ਜਿਹੜਾ ਮੁੰਡਾ ਵਾ, ਬਖਸ਼ੀਸ਼ ਸਿੰਘ ਜਿਹੜਾ ਪਹਿਲਾਂ ਕਹਿੰਦੇ ਉਹਦੇ ਪਰਿਵਾਰ ਵਾਲੇ ਕਹਿੰਦੇ ਪਿੱਛੇ ਇਲਾਜ ਕਰਾਉਣ ਵਾਸਤੇ ਦਿੱਲੀ ਲੈ ਕੇ ਗਏ ਸੀ, ਇਹ ਮੈਂਟਲੀ ਤੌਰ ਤੇ ਜੀ, ਹੁਣ ਜੇ ਉਹ ਅਪਸੈਟ ਹੈਗਾ ਤੇ ਫਿਰ ਉਹਨੇ ਆਪਣੇ ਘਰ ਦੇ ਵਿੱਚ ਕਿਉਂ ਗੜਬੜ ਕੀਤੀ ਗੁਰਦੁਆਰੇ ਜਾ ਕੇ? ਇਹ ਬੜਾ ਜੀ, ਵੈਸੇ ਨਾ ਚੱਕਰ ਇਹੀ ਹੈ ਵੀ ਜਿਹਦਾ ਦਿਮਾਗ ਹਿੱਲ ਜਾਂਦਾ ਗੁਰੂ ਘਰ ਨੂੰ ਕਿਉਂ ਪੈਂਦਾ, ਮੰਦਰ ਕਿਸੇ ਮਸਜਿਦ ਕਿਤੇ ਹੋਰ ਕਿਤੇ ਨਹੀਂ ਜਾਂਦਾ। ਬਿਲਕੁਲ ਬਿਲਕੁਲ, ਹੁਣ ਜੇ ਉਹ ਇੰਨੀ ਗੱਲ ਕਹਿੰਦੇ ਵੀ ਵੇਖੋ ਜੀ ਉਹਦੀ ਬਕਾਇਦਾ ਤੌਰ ਤੇ ਉਹ ਨੱਸ ਲੈਂਦੇ ਆ, ਬਖਸ਼ੀਸ਼ ਸਿੰਘ ਆ ਉਹ ਗਿਆ ਵਾ, ਉਹਨੇ ਬਕਾਇਦਾ ਤੌਰ ਤੇ ਉੱਥੇ ਲੰਗਰ ਛਕਿਆ ਵਾ, ਲੰਗਰ ਛਕਣ ਤੋਂ ਬਾਅਦ ਉਹ ਮੁੜ ਕੇ ਜਾਂਦਾ ਵਾ, ਮੱਥਾ ਟੇਕਣ ਜਾਂਦਾ ਵਾ, ਮੱਥਾ ਟੇਕਣ ਤੋਂ ਜਾਣ ਤੋਂ ਬਾਅਦ ਜਿਹੜਾ ਸੀ ਅੰਦਰ ਜਾ ਕੇ ਬੇਦ ਜੀ ਉਹ ਅੰਗ ਪਾੜ ਕੇ ਬਾਹਰ ਲੈ ਆਉਂਦਾ, ਜਦੋਂ ਬਾਹਰ ਲਾਉਂਦਾ ਰੌਲਾ ਪੈਂਦਾ ਤੇ ਫਿਰ ਜੀ ਕੁੱਟਮਾਰ ਬਕਾਇਦਾ ਤੌਰ ਤੇ। ਹੁਣ ਉਹਦੇ ਵਿੱਚ ਤੁਸੀਂ ਵੇਖੋ ਜਦੋਂ ਕੁੱਟਮਾਰ ਉਹਦੀ ਕੀਤੀ ਜਾਂਦੀ ਆ, ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਮਾਰ ਤੁਸੀਂ ਮੁੜ ਕੇ ਕਿਰਪਾਨਾਂ ਨੂੰ ਵੱਢਿਆ ਜਾਂਦਾ ਜੀ, ਉਹਦੀ ਵੀਡੀਓ ਬਕਾਇਦਾ ਤੌਰ ਤੇ ਸਾਹਮਣੇ ਆਉਂਦੀ। ਜਦੋਂ ਵੀਡੀਓ ਸਾਹਮਣੇ ਆਉਂਦੀ ਆ ਤੇ ਫਿਰ ਪੁਲਿਸ ਦੀ ਮਜਬੂਰੀ ਬਣ ਗਈ ਵੀ ਉੱਥੇ ਆਪਣੀ ਲਸ਼ਕਰ ਦਰਜ ਕਰਨੀ, ਉਹਨਾਂ ਨੇ ਆਪਣੀ ਦਰਜ ਜੀ। ਹੁਣ ਬਖਸ਼ੀਸ਼ ਸਿੰਘ ਦਾ ਪਿਓ ਉਹ ਮੌਕੇ ਤੇ ਆਉਂਦਾ, ਭਾਈ ਆਹ ਤੁਸੀਂ ਫਾਈਲ ਚੈੱਕ ਕਰ ਲਓ, ਇਹ ਵਾਕਿਆ ਮੈਂਟਲੀ ਅਪਸੈਟ ਆ, ਜੇ ਇਹਦੇ ਗਲਤੀ ਕੀਤੀ ਅਸੀਂ ਮਾਫ਼ੀ ਮੰਗ ਰਹੇ ਨੇ, ਅਸੀਂ ਕੱਲ੍ਹ ਤੱਕ ਜਾ ਕੇ ਮਾਫ਼ੀ ਮੰਗ ਰਹੇ ਸੀ, ਮਾਫ਼ ਤੇ ਘੱਟੋ ਘੱਟ ਕਰ ਦਿਓ ਮਾਰਾ ਤੁਮਾ ਜੀ। ਲੇਕਿਨ ਇਹਨਾਂ ਨੇ ਨਹੀਂ ਪਿੱਛੇ ਹਟੇ, ਇਹਨਾਂ ਨੇ ਵੀ ਜੋ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਤੇ ਕੀਤਾ ਸੀ ਉਸੇ ਤਰੀਕੇ ਤੇ ਇਹਨਾਂ ਨੇ ਮੇਰੇ ਵੀ ਮਾਰਿਆ। ਉਹ ਬੰਦਾ ਜਿਹੜਾ ਇੱਕ ਫੜਿਆ ਇਹਨਾਂ ਨੇ ਹਾਲ ਦੀ ਘੜੀ ਪੁਲਿਸ ਦਾ ਨਾਂ ਜਰਨੈਲ, ਜਿਹਨੇ ਤਰਪਾਨਾ ਉਹਦੇ ਸਿਰ ਚ ਮਾਰਿਆ ਸੀ ਵਾਰ ਕੀਤੇ, ਵੀਡੀਓ ਲੱਗੀ ਬਕਾਇਦਾ ਤੇ ਉਹ ਹੁਣ ਪੁਲਿਸ ਨੇ ਇੱਕ ਬੰਦਾ ਫੜ ਲਿਆ, ਹੁਣ ਬਾਕੀਆਂ ਨੂੰ ਵੇਖੋ। ਹੁਣ ਜਿਹੜਾ ਜਰਨੈਲ ਸਿੰਘ ਆ ਇਹਦੇ ਤੇ ਪਹਿਲਾਂ ਵੀ ਇੱਕ ਕਤਲ ਦਾ ਮੁਕੱਦਮਾ ਦਿੰਦੇ ਜੀ, ਇਹਦੇ ਤੇ NDPC ਦਾ ਐਕਟਿੰਗ ਮੁਕੱਦਮਾ ਦਰਜ ਆ, ਉਹ ਚ ਵੀ ਨਾਮਜ਼ਦ ਕੀਤਾ ਗਿਆ ਤੇ ਜਿਹਦਾ ਪਹਿਲੇ ਆਪਣਾ ਰਿਕਾਰਡ ਜਿਹੜਾ ਕ੍ਰਿਮੀਨਲ ਆ ਉਹ ਫਿਰ ਤੁਹਾਨੂੰ ਪਤਾ ਭਲੀ ਕਿੱਥੋਂ ਗਿਜਾਰੂਗਾ, ਹੁਣ ਉਹ ਤੇ ਗ੍ਰਿਫਤਾਰ ਕਰ ਲਿਆ, ਹੁਣ ਕਿਹਦੀ ਕਿਹਦੀ ਵਾਰੀ ਆਉਂਦੀ ਕਿਵੇਂ ਆਉਂਦੀ ਇਹ ਤੇ ਪਤਾ ਨੀ, ਲੇਕਿਨ ਮੰਦਭਾਗੀ ਘਟਨਾ ਨਹੀਂ ਵਾਪਰਨੀ ਚਾਹੀਦੀ ਜੀ ਜੀ। ਜਦੋਂ ਜਥੇਦਾਰ ਅਕਾਲ ਤਖ਼ਤ ਇੱਕ ਹੁਕਮਨਾਮਾ ਜਾਰੀ ਕਰ ਚੁੱਕਾ ਵੀ ਦਰਬਾਰ ਦੇ ਵਿੱਚ ਤੁਹਾਡਾ 24 ਘੰਟੇ ਜਿੰਨਾ ਚਿਰ ਦਰਬਾਰ ਖੁੱਲਾ ਵਾ ਉੱਥੇ ਤੁਸੀਂ ਹਾਜ਼ਰ ਰਹੋ,
ਉੱਥੇ ਇੱਕ ਤੁਹਾਡਾ ਸੇਵਾਦਾਰ ਬਕਾਇਦਾ ਤੌਰ ਤੇ ਹਾਜ਼ਰ ਰਹਿਣਾ ਚਾਹੀਦਾ, ਗਰੰਟੀ ਵੀ ਹਾਜ਼ਰ ਹੋਣੀ ਚੰਗੀ ਗੱਲ ਆ। ਤੁਹਾਨੂੰ ਪਤਾ ਹੋ ਗਿਆ ਕਿ ਪਿੱਛੇ ਜਿਹਾ ਖਬਰ ਸਾਂਝੀ ਕੀਤੀ ਸੀ, ਪਿੰਡ ਦੇ ਵਿੱਚ ਇੱਕ ਦਰਵਾਜੇ ਦੇ ਵਿੱਚੋਂ ਕੱਟ ਕੇ, ਕੱਟਰ ਨਾਲ ਕੱਟ ਕੇ, ਜਿਹੜਾ ਦਰਵਾਜ਼ਾ ਸੀ ਉਹ ਫਾਈਬਰ ਦਾ ਬਣੇ ਸੀ, ਪਹਿਲਾਂ ਬਣਿਆ ਸੀ, ਕੱਟ ਕੇ ਇੱਕ ਚੋਰ ਐਂਟਰ ਕਰਦਾ ਵਾ, ਬਾਹਰ ਜੁੱਤੀ ਲਾਉਂਦਾ ਵਾ, ਸਿਰ ਢੱਕਦਾ ਵਾ, ਸਿਰ ਢੱਕ ਕੇ ਪਹਿਲਾਂ ਮੱਥਾ ਟੇਕਦਾ ਤੇ ਅਰਦਾਸ ਕਰਦਾ ਤੇ ਫਿਰ ਗੁਆਲ ਨੂੰ ਚੜੀ ਕਰਦਾ। ਤੇ ਜਦੋਂ ਉਹ ਫੜਿਆ ਜਾਂਦਾ ਵਾ ਤੇ ਉਹਨੂੰ ਪੁੱਛਿਆ ਜਾਂਦਾ ਭਾਈ ਤੂੰ ਚੋਰੀ ਕਿਉਂ ਕੀਤੀ, ਕਹਿੰਦਾ ਚੋਰੀ ਕੀਤੀ ਆਪਣੇ ਗੁਰੂ ਕੋਲ ਧਾਰੇ ਲੈ ਕੇ, ਤੁਹਾਨੂੰ ਮੈਂ ਕੀ ਕਿਹਾ, ਤੁਹਾਡੇ ਕੋਲ ਤਾਂ ਮੰਗੇ ਨੀ, ਮਤਲਬ ਇਹੋ ਜਿਹੀਆਂ ਜਿਹੜੀਆਂ ਢੁੱਚਰਾਂ ਲਾਈ ਹੋ ਜਾਂਦੀਆਂ। ਪਰ ਮਾੜੀ ਗੱਲ ਆ, ਜੇ ਜਹੇਦਾਰ ਅਕਾਲ ਤਖ਼ਤ ਨੇ ਇੰਨੀ ਕੁ ਹੁਕਮ ਜਾਰੀ ਕੀਤਾ ਤੇ ਫਿਰ ਲੋਕਾਂ ਦੇ ਵੀ ਕੋਈ ਜਿਹੜੇ ਗੁਰਦੁਆਰੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਆ ਕੋਈ ਸੇਵਾ ਸਮਾਜ ਦਾ। ਤੇ ਫਿਰ ਉਹ ਸ਼ੇਰ ਸਿੰਘ ਘੁਬਾਇਆ ਨੂੰ ਦੇਤੀ। ਹਾਂ, ਸ਼ੇਰ ਸਿੰਘ ਘੁਬਾਇਆ ਵੇਖੋ ਜਿੰਨਾ ਉਹ ਸਿੱਧਾ ਵੇਖਣ ਨੂੰ ਲੱਗਦਾ ਨਾ, ਅਸਲ ਵਿੱਚ ਇਹਨੇ ਸਿੱਧਾ ਬੰਦਾ ਨਹੀਂ ਹੈ। ਨਾ ਨਾ ਜੀ, ਬੜੀ ਬੜੀ ਕਲਾਕਾਰ ਚੀਜ਼ ਹੈ। ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ, ਇਹ ਪਹਿਲੀ ਵਾਰੀ ਨੀ ਹੈਗਾ, 2014 ਦੇ ਵਿੱਚ ਵੀ ਇਹਨੇ ਬਕਾਇਦਾ ਤੌਰ ਤੇ ਆਪਣੇ ਆਪ ਨੂੰ ਦੇਣ ਲੱਗਿਆ ਕਿ ਦੋ ਦਿਨ ਪਹਿਲਾਂ ਇਹਦੀ ਮੈਨੂੰ ਤੇ ਸੁਖਬੀਰ ਸਿੰਘ ਬਾਦਲ ਨੇ ਟਿਕਟ ਦੇਣੀ। ਤੇ ਸੁਖਬੀਰ ਸਿੰਘ ਬਾਦਲ ਨੇ ਸਿਰਫ ਇੰਨੀ ਗੱਲ ਕਹੀ ਸੀ ਇਹਦੇ ਬੰਦਿਆਂ ਨੂੰ ਵੀ ਚਲੋ ਘੁਮਾਇਆ ਸਭ ਬਾਰੇ ਵਿਚਾਰ ਕਰਦੇ ਵੀ ਉਹਨੂੰ ਚੰਗਾ ਆਪਾਂ ਨੂੰ ਕਿਹੜਾ ਪਤਾ ਹੋ ਸਕਦਾ। ਤੇ ਇਹਨਾਂ ਨੇ ਮਲੋਟ ਆ ਕੇ ਪ੍ਰੈਸ ਕਰਤੀ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਇੱਥੋਂ ਟਿਕਟ ਤੋਂ ਹਾਮੀ ਭਰ ਦਿੱਤੀ ਹੈ ਤੇ ਮੈਂ ਆਪਣੀ ਕੰਪਲੇਨ ਸ਼ੁਰੂ ਕਰੀ। ਹੁਣ ਰਾਏ ਸਿੱਖ ਬਰਾਦਰੀ ਦੀ ਉੱਥੇ ਵੋਟ ਕਾਫੀ ਹੈ ਜੀ। ਰਾਏ ਸਿੱਖ ਬਰਾਦਰੀ ਜਿਹੜੀ ਆ ਉਹ ਵੋਟ ਹੋਣ ਕਰਕੇ ਜਿਹੜਾ ਸੀ ਇਹ ਦੋ ਵਾਰੀ ਉੱਥੋਂ MP ਰਿਹਾ ਤੇ ਤੀਜੀ ਵਾਰੀ ਸੁਖਬੀਰ ਸਿੰਘ ਬਾਦਲ ਕੋਲ ਹੀ ਹਾਰਿਆ। ਹਾਰਿਆ ਵੀ 2 ਲੱਖ ਵੋਟ ਦੇ ਜੀ ਜਦੋਂ ਕਾਂਗਰਸ ਤੇ ਆਇਆ। ਹੁਣ ਵੀ ਜੇ ਕਾਂਗਰਸ ਨੇ ਟਿਕਟ ਘੁਬਾਇਆ ਨੂੰ ਦੇਣੀ ਸੀ ਫਿਰ ਰੇਡ ਕਰਨ ਦੀ ਕੀ ਲੋੜ ਸੀਗੀ। ਹੁਣ ਇੱਕ ਦਿਨ ਪਹਿਲਾਂ, 2 ਦਿਨ ਪਹਿਲਾਂ ਉਹਨੇ ਇੰਨੀ ਗੱਲ ਕਹੀ ਵੀ ਮੈਨੂੰ ਪ੍ਰਤਾਪ ਸਿੰਘ ਬਾਜਵੇ ਦਾ ਫੋਨ ਆਇਆ ਵੀ ਘੁਬਾਇਆ ਜੀ ਤੁਸੀਂ ਆਪਣੀ ਕੰਪੇਨ ਸ਼ੁਰੂ ਕਰ ਦਿਓ, ਤੁਹਾਡੀ ਟਿਕਟ ਪੱਕੀ ਆ। ਉਹ ਹੀ ਇਹਨਾਂ ਅਖਬਾਰਾਂ ਨੂੰ ਬਿਆਨ ਦਿੱਤਾ ਮੈਨੂੰ ਚਿੱਠੀ ਆਈ ਤੁਸੀਂ ਕੰਪੇਨ ਸ਼ੁਰੂ ਕਰ ਦਿੱਤੀ ਆ। ਤੇ ਜੇ ਹੁਣ ਮੈਂ ਕਹਿ ਦਿਆ ਵੀ ਘੁਬਾਇਆ ਸੂਟੇਬਲ ਉਮੀਦਵਾਰ ਹੈ, ਮੈਂ ਮਦਦ ਕਰਦੇ ਸੀ ਕਿਉਂਕਿ ਆਪਣੀ ਬਰਾਦਰੀ ਦੀ ਵੋਟ ਕਾਫੀ ਉਸ ਏਰੀਏ ਚ ਬਰਾਦਰੀ ਕਾਫੀ ਚੱਲਦੀ ਹੈ ਜੀ। ਅੱਗੇ ਵੀ ਤੇ ਬਰਾਦਰੀ ਨੇ 2 ਵੋਟ ਜਿੱਤਿਆ ਦਾ, ਤੇ ਇਸ ਵੇਲੇ ਕਾਂਗਰਸ ਨੂੰ ਪਤਾ ਸੀ ਵੀ ਜੇ ਹੁਣ ਕਿਤੇ ਅਸੀਂ ਇਹਦਾ ਨਾਂ ਕੱਟ ਕੇ ਕਿਸੇ ਹੋਰ ਨੂੰ ਦਿੱਤਾ ਨਾ ਤੇ ਸਾਡਾ ਨੁਕਸਾਨ ਹੋਏਗਾ। ਫਿਰ ਉਹਨਾਂ ਆਖਿਆ ਵੀ ਭਾਈ ਇੱਥੇ ਨੂੰ ਦੇ ਦਿਓ ਜਿਵੇਂ 2014 ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀਗਾ। ਹੁਣ ਅਜੇ ਤੱਕ ਭਾਜਪਾ ਦਾ ਕੋਈ ਵੀ ਚਿਹਰਾ ਸਾਹਮਣੇ ਨਹੀਂ ਆਇਆ ਜੀ। ਜਿਹੜੇ ਸੁਨੀਲ ਜਾਖੜ ਨੇ ਉਹ ਰਵਿੰਦਰ ਆਵਲੇ ਦੇ ਟੇਕੇ ਨੇ ਤੇ ਰਵਿੰਦਰ ਆਵਲਾ ਸਾਡੇ ਚ ਆ ਜਾਵੇ ਤੇ ਅਸੀਂ ਉਹਨੂੰ ਟਿਕਟ ਦੇ ਦਈਏ। ਤੁਹਾਨੂੰ ਪਤਾ ਜੋ ਸੁਖਬੀਰ ਸਿੰਘ ਬਾਦਲ MP ਬਣ ਗਏ ਸੀਗੇ, ਉਦੋਂ ਬਾਅਦ ਆਵਲੇ ਨੇ ਟਿਕਟ ਸੀਟ ਲੜ ਕੇ ਜਿੱਤੀ ਸੀ ਜਲਾਲਾਬਾਦ ਜੀ। ਇਸ ਕਰਕੇ ਉਹ ਚਾਹੁੰਦੇ ਨੇ ਉਹ, ਲੇਕਿਨ ਰਾਣਾ ਸੋਢੀ ਆਪਣੇ ਤੇ ਕਹਿੰਦਾ ਵੀ ਮੈਨੂੰ ਟਿਕਟ ਦਿਓ, ਹੁਣ ਵੇਖੋ ਕਿਸ ਗੱਲ ਚੱਲਦੀ ਆ। ਲੇਕਿਨ ਸੁਖਬੀਰ ਸਿੰਘ ਜਾਖੜ ਜ਼ਿਆਦਾ ਰਵਿੰਦਰ ਆਵਲੇ ਦੇ ਹੱਕ ਦੇ ਵਿੱਚ ਆ। ਜਦੋਂ ਉਹਨਾਂ ਦਾ ਪਲੇਅਰ ਸਾਹਮਣੇ ਆਜੂਗਾ BJP ਦਾ, ਫਿਰ ਆਪਾਂ ਕੋਈ ਅੰਦਾਜ਼ਾ ਕੀ ਆਪਾਂ ਲਾ ਸਕਦੇ ਕਿ ਕਰਨ ਕਿਹੜੇ ਪਾਸੇ। ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਜੀ। ਹੁਣ ਸਾਰਾ ਜਿਹੜਾ ਰੌਲ ਘਚੋਲਾ ਜਿਹਾ ਪਿਆ ਪਿਆ ਮੈਂ ਸੁਣ ਰਿਹਾ ਸੀ, ਕਹਿੰਦੇ ਉਹ ਆਪਣਾ ਕੀ ਨਾ ਕਾਂਗਰਸ ਦੇ ਪੁਰਾਣੇ ਲੀਡਰ ਖੰਨੇ ਵਾਲੇ ਸ਼ਮਸ਼ੇਰ ਸਿੰਘ ਦੁੱਲੋਂ, ਉਹ ਕਹਿੰਦੇ ਪਹਿਲਾਂ ਹਰਿਆਣੇ ਸੁਣਦੇ ਹੁੰਦੇ ਸੀ ਆ ਗਿਆ ਗਿਆ ਰਾਮ ਆਇਆ ਰਾਮ, ਕਹਿੰਦੇ ਹੁਣ ਤਾਂ ਪੰਜਾਬ ਦਾ ਹੀ ਅੱਧੂ ਭੈੜਾ ਹਾਲ ਹੋ ਗਿਆ ਕਹਿੰਦੇ। ਤੇ ਨਹੀਂ ਹੁਣ ਪੰਜਾਬ ਦਾ ਨਹੀਂ ਪੂਰੇ ਦੇਸ਼ ਹੀ ਮੁੰਡਾ ਹਾਲ ਹੋ ਗਿਆ।
ਪੂਰੇ ਦੇਸ਼ ਦੀ ਕੋਈ ਪਤਾ ਨੀ, ਤੁਹਾਨੂੰ ਪਤਾ ਹੋਏਗਾ ਰੰਗੇ ਨੇ ਇੱਕ ਕਾਰਟੂਨ ਛਾਪੇ ਸੀ ਬਾਅਦ ਜੀ। ਉਹ ਜਦੋਂ ਆਪਣੀ ਪਾਰਟੀ ਬਦਲਦਾ ਤੇ ਬਕਾਇਦਾ ਤੌਰ ਤੇ ਉਹਦੇ ਸਮਰਥਕ ਜਾਂਦੇ ਵੀ ਗੱਲ ਝਾੜ ਪਾ ਕੇ ਸਵਾਗਤ ਕਰੀਏ ਜੀ ਆਇਆਂ ਨੂੰ, ਤੇ ਜਦੋਂ ਉਹਨੂੰ ਉਹ ਜੱਫੀ ਪਾਉਣ ਲੱਗਦੇ ਆ ਤੇ ਕੁੜਤਾ ਹੱਥ ਜਾਂਦਾ ਤੇ ਲੀਡਰ ਘਜੋਰ ਗਿਆ ਹੁੰਦਾ। ਉਹ ਕਾਰਟੂਨ ਸੀ ਵੀ ਕੁੜਤਾ ਰਹਿ ਗਿਆ ਉਹਦਾ, ਲੀਡਰ ਦੂਜੀ ਪਾਰਟੀ ਫਿਰ ਚਲ ਗਿਆ ਅਗਲੇ ਪਾਸੇ। ਉਹ ਆਇਆ ਰਾਮ ਗਿਆਰਮ ਉੱਥੋਂ ਬਣਿਆ ਸੀ, ਉਹਦਾ ਕਾਰਟੂਨ ਬੜਾ ਪਹਿਲਾਂ ਛਾਪਿਆ ਸੀ ਮੇਰੇ। ਇਸ ਕਰਕੇ ਇਸ ਵਾਰੀ ਤੇ ਵੇਖੋ ਜਿਹੜੀ ਜਾਣੇ ਵਾਲੀ ਧਵਾਈ ਤੋਂ 30-40 ਸਾਲ ਪਹਿਲਾਂ ਕੁੜਤਾ ਹੁੰਦਾ, ਇੱਕ ਵਿਚਾਰਧਾਰਾ ਹੁੰਦੀ ਸੀ। ਹੁਣ ਅਜੇ ਤੇ ਵੀ ਲੜਾਈ ਪੈਣੀ ਹੈ ਕਿ ਉਹ ਤਰਨਜੀਤ ਸਿੰਘ ਸੰਧੂ ਜਿਹੜਾ ਵਾ ਉਹ ਅੰਮ੍ਰਿਤਸਰ ਤੋਂ ਇਲੈਕਸ਼ਨ ਲੜ ਰਿਹਾ ਭਾਜਪਾ। ਲੋਕ ਪਿੰਡਾਂ ਚ ਨੀ ਵੜਨ ਦਿੰਦੇ, ਲੋਕ ਵਿਰੋਧ ਕਰ ਰਹੇ ਨੇ ਵੀ ਨਹੀਂ ਭਾਈ ਤੁਹਾਨੂੰ ਵੋਟਾਂ ਨੀ ਪਾਉਣੀ। ਦੂਜਾ ਪਾਸੇ ਬਿੱਟੂ ਆ, ਬਿੱਟੂ ਨੇ ਇੱਕ ਰਿਸਕ ਲਿਆ ਆਪਣਾ ਵੀ ਚਲੇ ਗਿਆ, ਪਤਾ ਉਹਨੂੰ ਪਤਾ ਜਿੱਤਣਾ ਉੱਥੋਂ ਹੈ ਨੀ ਭਾਜਪਾ ਦੀ ਸੀਟ ਦੇ ਉੱਤੇ। ਸਿਰਫ ਇਹੋ ਹੀ ਆ ਵੀ ਕੱਲ ਨੂੰ ਜੇ ਕਿਤੇ ਭਾਜਪਾ ਦੀ ਸਰਕਾਰ ਬਣ ਗਈ ਕਿਤੇ ਸ਼ਾਇਦ ਰਾਸ਼ਟਰਪਤੀ ਸਾਹੀ ਮਿਲੀ ਕੋਈ ਦਾ ਲੱਗ ਕੇ ਮੇਰਾ ਆਪਣਾ ਮੰਤਰੀ ਬਣ ਗਿਆ। ਕਾਂਗਰਸ ਵਿੱਚ ਵਿਰੋਧੀ ਸੀਟ ਕਿਹੜਾ ਪਿਛੜ ਹੈਗੀ ਆ, ਹੁਣ ਉਹ ਬਣਦਾ ਕਿ ਤਰਨਜੀਤ ਸਿੱਧੂ ਬਣਦਾ ਤੇ ਪਤਾ ਕੋਈ ਨੀ। ਪਹਿਲੀ ਗੱਲ ਤੇ ਰਿਜ਼ਲਟ ਆਉਣ ਦੇ ਇੱਥੇ ਪਤਾ ਲੱਗਿਆ ਬਣਦਾ ਇੱਥੇ ਕੀ ਆ, ਲੇਕਿਨ ਇਹ ਤੇ ਗੱਲ ਕਨਫਰਮ ਆ ਕਿ ਸਭ ਤੋਂ ਵੱਡੀ ਪਾਰਟੀ ਅੱਜ ਦੇ ਸਰਵੇ ਦੇ ਮੁਤਾਬਕ ਭਾਜਪਾ ਸਾਹਮਣੇ ਆ ਰਹੀ ਹੈ ਤੇ ਪਹਿਲਾ ਮੌਕਾ ਉਹਨਾਂ ਨੂੰ ਸਰਕਾਰ ਤੋਂ ਦਿੱਤਾ ਜਾਏ ਜੀ। ਤੇ ਉਹ ਆਪਣਾ ਤੁਹਾਡੇ ਅੰਮ੍ਰਿਤਸਰ ਵਾਲੇ ਤਾਂ ਸਮੋਸੇ ਤਲੀ ਜਾਂਦੇ ਸੀ, ਮੈਨੂੰ ਹੈਰਾਨ ਸੀਗੀ ਵੀ ਸਮੋਸਿਆਂ ਦੇ ਵਿੱਚ ਛਾਲਣੀ ਆਏ ਮਾਰਦੇ ਸੀ ਜਿਵੇਂ ਮੈਨੂੰ ਲੱਗਦਾ ਉਹ ਪਕੌੜੀਆਂ ਤਲਦੇ। ਹੁਣ ਮੈਨੂੰ ਤਾਂ ਆਇਆ ਸੀਗਾ ਵੀ ਸਮੋਸੇ ਭੰਨਣਗੇ ਉਹਦੇ, ਕਿਉਂਕਿ ਸਮੋਸਾ ਇੱਕ ਵਾਰੀ ਵਿੱਚ ਛੱਡ ਦਿਓ ਕਹਿੰਦੇ ਹੁੰਦੇ ਵੀ ਉਹਨੂੰ ਛੇਤੀ ਕੀਤੇ ਛਾਲਣੀ ਨਹੀਂ ਮਾਰਦੇ ਹੁੰਦੇ। ਉਹਨਾਂ ਨੇ ਸੁਪਨਾ ਲਿਆ ਸੀ ਸੁੱਖ ਵਿਲਾਸ ਦਾ, ਹੁਣ ਮੰਗੇਰੀ ਲਾਲ ਦੇ ਸੁਪਨੇ ਲੈ ਲਏ ਭਗਵੰਤ ਮਾਨ ਨੇ, ਕਹਿੰਦਾ ਇੱਥੇ ਤਾਂ ਕਹਿੰਦਾ ਸਕੂਲ ਬਣਾਵਾਂਗੇ। ਸੁਖਬੀਰ ਨੇ ਥਾਪੀ ਮਾਰਤੀ ਕਹਿੰਦਾ ਨੇੜੇ ਲੱਗ ਕੇ ਦੇਖ। ਪੱਕੀ ਗੱਲ ਹੈ ਜੀ, ਇਹ ਸਹੀ ਗੱਲ ਹੈ। ਜਦੋਂ ਪਹਿਲਾਂ ਇਹਨਾਂ ਕਿਹਾ ਸੀ ਸੁੱਖ ਵਿਲਾਸ ਜਿਹੜਾ ਵਾ ਸਾਡੇ ਪੰਜਾਬ ਦੇ ਲੋਕਾਂ ਦੇ ਲਹੂ ਪਸੀਨੇ ਦੀ ਕਮਾਈ ਦਾ ਬਣਾਇਆ ਹੋਇਆ ਜੀ, ਇੱਥੇ ਲੱਖ ਲੱਖ ਰੁਪਏ ਦਾ ਕਮਰਾ ਜੀ, ਇੰਨੇ ਕਮਰਾ ਕਮਰਾ, ਚਲੋ ਜੋ ਵੀ ਉਹ ਵੱਖਰੀ ਗੱਲ। ਇਹਦੇ ਚ ਕੋਈ ਕੋਈ ਸ਼ੱਕ ਨੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਸੱਤਾ ਦੀ ਦੁਰਵਰਤੋਂ ਨੂੰ ਬਣਾਉਣ ਚ ਕੀਤੀ, ਲੇਕਿਨ ਉਹਦੇ ਵਿੱਚ ਜਿਹੜੀ ਜਗ੍ਹਾ ਦੀ ਗੱਲ ਕਰਦੇ ਨੇ, ਜਗ੍ਹਾ ਬਕਾਇਦਾ ਤੌਰ ਤੇ ਖਰੀਦੀ ਗਈ ਆ, ਉਹ ਰਿਸ਼ਤੀਆਂ ਉਹਦੇ ਵਿੱਚ ਕੁਛ ਵੀ ਸਰਕਾਰ ਨੇ ਕਰ ਜੀ। ਇਹਨਾਂ ਨੇ ਕਿੰਨੀ ਵਾਰੀ ਕਿਹਾ ਪਹਿਲਾਂ 3-4 ਸੁਖਬੀਰ ਸਿੰਘ ਬਾਦਲ ਸੁਣਦੇ ਰਹੇ ਕਿ ਭਾਈ ਸਕੂਲ ਬਣਾ ਦਿਆਂਗੇ, ਇੱਥੇ ਫਲਾਣੀ ਚੀਜ਼ ਬਣਾ ਦਿਆਂਗੇ, ਇੱਥੇ ਪਿੰਡ ਵਾਲਾ ਬਣਾ, ਬੜਾ ਕੁਛ ਕਿਹਾ ਇਹਨਾਂ ਨੇ। ਉਹਨੇ ਮੇਰੇ ਬੜਕ ਮਾਰੀ ਇੱਕ ਦਿਨ, ਉਹਨੇ ਕਿਹਾ ਤੁਸੀਂ ਉਹਦੇ ਲਾਗੇ ਲਾਗੇ ਲੰਘ ਕੇ ਵਿਖਾਓ ਜੀ। ਸੁੱਖ ਵਿਲਾਸ ਜਿਹੜਾ ਬਣਿਆ ਵਾ ਉਹ ਬਕਾਇਦਾ ਤੌਰ ਤੇ ਰਜਿਸਟਰੀਆਂ ਕੀਤੀਆਂ ਗਈਆਂ, ਜਗ੍ਹਾ ਲੋਕਾਂ ਕੋਲ ਲਈ ਗਈ ਆ, ਇਸ ਕਰਕੇ ਤੁਸੀਂ ਉਹਦਾ ਕੱਖ ਨੀ ਵਿਗਾੜ ਸਕਦੇ। ਲੇਕਿਨ ਹੁਣ ਫਿਰ ਭਗਵੰਤ ਮਾਨ ਨੇ ਜਿਵੇਂ ਕਹਿਤਾ ਕੁਕੜੀ ਦਾ ਮੁਆਵਜ਼ਾ ਵੀ ਦੇਵਾਂਗੇ, ਅੰਡੇ ਦਾ ਮੁਆਵਜ਼ਾ ਵੀ, ਕੁਕੜੀ ਦਾ ਕੀ ਇੱਥੇ ਤੇ ਮਾਨੇ ਹੁੰਦੇ ਵੀ ਬਕਾਇਦਾ ਤੌਰ ਤੇ ਕੋਠਿਆਂ ਦਾ ਨੀ ਮਿਲਿਆ ਤੇ ਚਿਬਾਰਿਆਂ ਦਾ ਨੀ ਮਿਲਿਆ ਤੇ ਡੰਗਰਾਂ ਦਾ ਨੀ ਮਿਲਿਆ ਤੇ ਕੁੜੀ ਦੇ ਕਿੱਥੇ ਜਾਣਾ ਸੀ। ਉਹੀ ਭਗਵੰਤ ਮਾਨ ਦੀ ਗੱਲ ਦਿੱਤੀ ਹੈ, ਕਿਤੇ ਖਾਧੀ ਪੀਤੀ ਦੀ ਗੱਲ ਕਹਿ ਦਿੰਦਾ, ਮੁੜ ਕੇ ਸੋਚਦਾ ਵੀ ਕੀ ਹੋ ਗਿਆ ਯਾਰ, ਛੱਡੋ ਪਰਿਆਂ ਨੂੰ ਲੁਕਾ ਦੇ ਉੱਤੇ ਹੀ। ਹੁਣ ਕਹਿਤਾ ਜੀ ਸੁੱਖ ਵਿਲਾਸ ਵਟਾ ਉੱਤੇ ਜਿਹੜਾ ਵਾ ਆਲੀਸ਼ਾਨ ਕਮਰੇ ਬਣੇ ਨੇ, ਆਲੀਸ਼ਾਨ ਬਣਿਆ ਉੱਤੇ ਪੂਲ ਬਣਿਆ, ਆਪਾਂ ਬਕਾਇਦਾ ਤੌਰ ਤੇ ਉੱਤੇ ਬੈਰੀ ਟੂਰ ਤੇ ਸਕੂਲ ਖੋਲ ਦਿੰਦੇ, ਖੋਲਦੇ ਆ ਜਾਂ ਨਹੀਂ ਖੋਲਦੇ। ਅੱਗੇ ਬੜਕ ਮਾਰੀ ਸੀ ਕਬੀਰ ਸਿੰਘ ਬਾਦਲ ਨੇ ਤੇ ਵਾਹ ਸਾਫ ਚੁੱਪ ਕਰ ਰਿਹਾ ਸੀ, ਜੇ ਹੁਣ ਉਹਨੇ ਬੜਕ ਮਾਰੀ ਤੇ ਫਿਰ 2 ਸਾਲ ਲੰਘ ਜਾਣਗੇ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ, ਅਤੇ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਵੀ ਕਿਸੇ ਪ੍ਰਕਾਰ ਦੀ ਐਡਵਰਟੀਜ਼ਮੈਂਟ ਚਲਾਉਣੀ ਚਾਹੁੰਦੇ ਹੋ
ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780104174। ਹੁਣ ਕਿਸਾਨਾਂ ਦਾ ਕੀ ਬਣ ਰਿਹਾ ਜੀ, ਕਿਸਾਨ ਠੰਡੇ ਹੋਣਗੇ ਕਿ ਲਗਾਤਾਰ ਐਂ ਕੰਮ ਚੱਲੂਗਾ, ਜਿਵੇਂ ਸਾਰਿਆਂ ਦੇ ਮਨ ਦੇ ਵਿੱਚ ਸ਼ੰਕਾ ਜੇ ਇਸੇ ਤਰ੍ਹਾਂ ਕਿਸਾਨਾਂ ਨੇ ਰੋਕਿਆ, ਸੱਤਾ ਜਦੋਂ ਕਿਸੇ ਪੋਲੀਟੀਕਲ ਪਾਰਟੀ ਨੂੰ ਤੁਸੀਂ ਨਹੀਂ ਕਰਨ ਦਿਓਗੇ ਪ੍ਰਚਾਰ, ਭਾਵੇਂ ਉਹ ਆਮ ਆਦਮੀ ਪਾਰਟੀ ਹੈ ਅਤੇ ਭਾਵੇਂ ਤੁਹਾਡੀ BJP ਹੈ, ਤਾਂ ਫਿਰ ਇਹ ਹੋ ਨਹੀਂ ਸਕਦਾ ਵੀ ਤੁਹਾਡੀਆਂ ਵੋਟਾਂ ਪੈਣ। ਤੇ ਹੁਣ ਕਿਸਾਨ ਕੀ ਕਹਿੰਦੇ ਨੇ? ਹੁਣ ਤਾਂ ਕਹਿੰਦੇ ਦੇਖੋ, ਕਿਸਾਨ ਤੇ ਜੋ ਕਹਿਣਗੇ ਉਹ ਕਹਿਣਗੇ ਸਾਡੇ ਜਿਹੜੇ ਜਾਖੜ ਸਾਹਿਬ ਨੇ ਉਹ ਬਕਾਇਦਾ ਤੌਰ ਤੇ ਆਪਣੀ ਇੱਕ ਡੈਪੂਟੇਸ਼ਨ ਲੈ ਕੇ ਉਹ ਗਏ ਨੇ ਚੋਣ ਮੁੱਖ ਚੋਣ ਕਮਿਸ਼ਨ ਦੇ ਕੋਲ, ਉਹਨਾਂ ਕੋਲ ਜਾ ਕੇ ਫਰਿਆਦ ਕੀਤੀ ਵੀ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੱਤਾ ਜਾਂਦਾ ਤੇ ਸਾਨੂੰ ਬਕਾਇਦਾ ਤੌਰ ਤੇ ਪ੍ਰਚਾਰ ਨਹੀਂ ਕਰ ਦਿੱਤਾ ਜਾਂਦਾ ਜੀ। ਹੁਣ ਵੇਖੋ ਜਿੱਥੇ ਵੀ ਹੰਸਰ ਸਭ ਤੋਂ ਵੱਧ ਜ਼ਿਆਦਾ ਵਿਰੋਧ ਹੰਸਰ ਹੰਸਰ ਹੋਇਆ। ਹੁਣ ਜੋ ਕਿਸਾਨਾਂ ਦਾ ਹੁੰਦਾ ਉਹਨਾਂ ਨੂੰ ਫੜ ਵੀ ਲਿਆ ਜਾਂਦਾ, ਥਾਣੇ ਬੰਦ ਕਰ ਦਿੱਤਾ ਜਾਂਦਾ, ਤੁਸੀਂ ਆਪਣਾ ਪ੍ਰਚਾਰ ਕਰੋ, ਫਿਰ ਕਿਹੜੇ ਕਿੱਥੇ ਜਾ ਕੇ ਪ੍ਰਚਾਰ ਕਰਨਾ? ਜਿਹਨਾਂ ਦੇ ਨਾਲ ਜਾ ਕੇ ਗੱਲਬਾਤ ਕਰੀ ਉਹ ਥਾਣੇ ਬੈਠੇ ਆ। ਹੁਣ ਜਾਖੜ ਹੋ ਰਹੀ ਹੈ ਵੀ ਸਾਨੂੰ ਪ੍ਰਚਾਰ ਨਹੀਂ ਕਰ ਦਿੱਤਾ ਜਾਂਦਾ ਤੇ ਇਹਦੇ ਸਰਜੀ ਸੂਬਾ ਸਰਕਾਰ ਟੋਟਲੀ ਫੇਲ ਹੋਈ ਹੈ ਤੇ ਸਾਡਾ ਪ੍ਰਚਾਰ ਰੋਕਿਆ ਜਾਂਦਾ ਤੇ ਕਾਰਵਾਈ ਕੀਤੀ ਜਾਵੇ ਜੀ। ਉਹਦੇ ਤੇ ਚੋਣ ਕਮਿਸ਼ਨ ਨੇ DGP ਕੋਲ ਰਿਪੋਰਟ ਮੰਗੀ ਹੈ ਵੀ ਤੁਸੀਂ ਬਾਰੇ ਸਪਸ਼ਟ ਕਰੋ ਕਿ ਇਹ ਗੱਲ ਸਹੀ ਹੈ ਤੇ ਇਹਨਾਂ ਨੂੰ ਰੋਕੀ ਜਿਹੜੇ ਇਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕ ਰਹੇ ਹੋ ਤੇ ਪੁਲਿਸ ਕੀ ਕਰ ਰਹੀ? ਪੁਲਿਸ ਤੇ ਭਾਈ ਆਪਣਾ ਕੰਮ ਕਰ ਰਹੀ ਹੈ ਬਕਾਇਦਾ ਤੌਰ ਤੇ। ਲੇਕਿਨ ਜਿਹੜੇ ਰਾਜੇਵਾਲ ਸਾਹਿਬ ਨੇ ਉਹ ਬਾਰ ਬਾਰ ਕਹਿ ਰਿਹਾ ਵੀ ਤੁਹਾਨੂੰ ਆਹ 11 ਸਵਾਲ ਦੇਤੇ, ਇਹਨਾਂ ਨੂੰ ਰੋਕੋ ਨਾ, ਇਹਨਾਂ ਨੂੰ ਰੋਕੋ ਨਾ, ਇਹਨਾਂ ਨੂੰ 11 ਸਵਾਲ ਪੁੱਛੋ ਜੀ। ਹਰਿਆਣੇ ਦੇ ਵਿੱਚ ਪਾਣੀਪਤ ਦੇ ਵਿੱਚ ਸਿੱਖਾਂ ਕਿਸਾਨਾਂ ਨੇ ਜਿਹੜਾ ਸੀ ਇਹਨਾਂ ਦਾ ਕਾਫਲਾ ਰੋਕ ਲਿਆ, ਸਾਬਕਾ ਮੁੱਖ ਮੰਤਰੀ ਖੱਟਰ ਦਾ ਕਾਫਲਾ ਜਾ ਰਿਹਾ, ਸੜਕ ਤੇ ਖੜ ਕੇ ਦੇ ਨਾਰੇ ਵੱਜ ਰਹੇ ਨੇ, ਹੱਥਾਂ 'ਚ ਝੰਡੇ ਫੜੇ ਨੇ, ਕਾਲੀਆਂ ਝੰਡੀਆਂ ਫੜੀਆਂ ਨੇ ਜੀ। ਉਹਨਾਂ ਦੇ ਲੀਡਰਾਂ ਨੂੰ ਸਵਾਲ ਪੁੱਛ ਰਹੇ ਨੇ, ਜਿੱਥੇ ਗੱਡੀ ਹੌਲੀ ਹੁੰਦੀ ਕੋਈ ਜਵਾਬ ਵੀ ਦਿੰਦਾ ਨੀ। ਫਿਰ ਕੀ ਕਰਦੇ, ਉਹਨਾਂ ਨੇ ਗੱਡੀਆਂ ਅੱਧਾ ਕਾਫਲਾ ਚੱਲਦਾ ਰੋਕ ਦਿੰਦੇ ਤੇ ਫਿਰ ਕਿਸਾਨ ਆਗੂ ਇਹ ਵਿੱਚ ਮਿਲਦੇ ਭਾਈ ਆਪਾਂ ਕਾਫਲਾ ਰੋਕਣਾ ਨੀ, ਛੱਡ ਦਿਓ ਇਹਨੂੰ, ਜਾਣ ਦਿਓ ਅੱਗੇ, ਆਪਾਂ ਸਿਰਫ ਇਹਨਾਂ ਦਾ ਵਿਰੋਧ ਕਰਨਾ, ਆਪਣੀਆਂ ਮੰਗਾਂ ਦੇ ਹੱਕ ਚ ਵਿਰੋਧ ਕਰਨਾ ਜੀ। ਇਸ ਕਰਕੇ ਉੱਥੇ ਜਿਹੜੀ ਰਾਜੇਵਾਲ ਸਾਹਿਬ ਨੇ ਗੱਲ ਕਹੀ ਹੈ ਵੀ ਤੁਸੀਂ ਇਹਨਾਂ ਨੂੰ ਪ੍ਰਚਾਰ ਕਰਨ ਤੋਂ ਨਾ ਰੋਕੋ, ਇਹਨਾਂ ਦੇ ਕਾਫਲੇ ਰੋਕੋ, ਜਿੱਥੇ ਜਾਂਦੇ ਹੋ ਤੇ ਸਵਾਲ ਪੁੱਛੋ ਵੀ ਸਾਡੀ ਇਹਨਾਂ ਸੈਲਾਂ ਨੂੰ ਜਵਾਬ ਦੇ ਦਿਓ ਤੁਸੀਂ। ਤੇ ਚਾਹੀਦਾ ਵੀ ਇਹੋ ਕੁਝ ਆ ਵੀ ਜੇ ਉਹ ਪ੍ਰਚਾਰ ਕਰਨ ਆਉਂਦੇ ਹੋ ਤਾਂ ਉਹਨਾਂ ਦਾ ਫੰਡਾਮੈਂਟਲ ਰਾਈਟ ਆ, ਜੋ ਉਹਨਾਂ ਨੂੰ ਕਰ ਲੈਂਦੇ ਪ੍ਰਚਾਰ, ਲੇਕਿਨ ਆਪਣੀ ਗੱਲ ਤੁਸੀਂ ਕਰ ਲਓ। ਤੇ ਜੇ ਭਗਵੰਤ ਮਾਨ ਵੀ ਕਰਨੀ ਹੈ ਵੀ ਉਹ ਨੌਜਵਾਨ ਨੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਢਾ ਲਿਆ, ਉੱਥੇ ਆਮ ਆਦਮੀ ਵਰਕਰ ਵੀ ਪੈ ਗਏ ਤੇ ਪੁਲਿਸ ਨੇ ਬੜੀ ਮੁਸ਼ਕਲ ਨਾਲ ਚੱਲਾਇਆ, ਨਾ ਛੱਡਦਾ ਇੱਕ ਵਾਰ ਮੈਨੂੰ ਮਾਰ ਦਿੱਤੇ ਜੀ। ਤੇ ਬਿਲਕੁਲ ਉੱਧਰ ਆਪਾਂ ਹੁਣ ਗੱਲ ਕਰੀਏ ਜੀ, ਤਾਂ ਮਨਜਿੰਦਰ ਸਿਰਸਾ ਦੇ ਉੱਤੇ ਭਾਜਪਾ ਨੇ ਪੂਰਾ ਬੋਝ ਪਾ ਦਿੱਤਾ। ਮਨਜਿੰਦਰ ਸਿੰਘ ਸਿਰਸਾ ਬੜੀ ਚੀਜ਼ ਨੇ, ਉਹਨਾਂ ਆਪਣਾ ਇੱਕ ਬਿਆਨ ਚ ਪਾਇਆ ਪਿਛਲੇ ਪਾਸੇ ਨਾਲ ਬੀਬੀਆਂ ਖੜੀਆਂ 5-7-10 ਦੋ ਚਾਰ ਬੰਦੇ ਖੜੇ ਨੇ ਅਖਬਾਰ ਚ ਕਦੋਂ ਛਪੀ, ਉਹਦੇ ਵਿੱਚ ਉਹ ਕਹਿੰਦੇ ਆ ਵੀ ਵੇਖੋ ਜਿਹੜੀ ਮੇਰੀ ਡਿਊਟੀ ਲਾਈ ਆ, ਮੈਨੂੰ ਸਟਾਰ ਪ੍ਰਚਾਰ ਚ ਬਣਾਇਆ ਤੇ ਦਿੱਲੀ ਪੰਜਾਬ ਹਰਿਆਣਾ ਤੇ ਹੋਰ ਸਟੇਟਾਂ ਚ ਮੈਨੂੰ ਕਿਹਾ ਜਿੱਥੇ ਜਿੱਥੇ ਕੀ ਜਾ ਕੇ ਪ੍ਰਚਾਰ। ਉਹ ਕਹਿੰਦੇ ਬਹੁਤ ਸਾਰੀਆਂ ਸਟੇਟਾਂ ਚ ਮੈਂ ਜਾ ਆਇਆ, ਸਿੱਖਾਂ ਦਾ ਬੜਾ ਉਤਸ਼ਾਹ ਵਾ, ਉਹ BJP ਦੇ ਹੱਕ ਚ ਸਰਕਾਰ BJP ਦੀ ਬਣੇਗੀ ਤੇ ਮੈਂ ਬਕਾਇਦਾ ਤੌਰ ਤੇ ਮੀਟਿੰਗਾਂ ਕਰ ਰਿਹਾ। ਤੇ ਫਿਰ ਕਾਂਗਰਸ ਨੇ ਕੀਤਾ ਵੀ 70 ਸਾਲ ਜ਼ੁਲਮ ਕੀਤੇ, ਇਹ ਕੀਤਾ ਉਹ ਕੀਤਾ, ਹਮਲਾ ਚੱਕ ਤੇ ਅਸੀਂ ਬੜੇ ਉਹਨੇ ਗੱਲਾਂ ਕੀਤੀਆਂ,
ਲੇਕਿਨ ਮਨਜਿੰਦਰ ਸਿੰਘ ਸਿਰਸਾ ਜੀ ਕਿੰਨੀ ਕੁ ਹੋਣ ਹੈਗੀ ਹੈ ਸਿੱਖਣ ਵਿੱਚ, ਤੁਸੀਂ ਆਪ ਪਛਾਣ ਲਓ। ਇੱਥੇ ਪੰਜਾਬ ਤੇ ਵੜਦਾ ਨੀ, ਪੰਜਾਬ ਬੜੇ ਪਤਾ ਕਿਸਾਨਾਂ ਵਿਰੁੱਧ ਕਰਨ ਵਿੱਚ ਉਧਰ ਆ ਜਾਂਦੇ ਆ। ਚਲੋ ਹਰਿਆਣੇ ਚ ਗਿਆ ਹੋਊ ਇੱਕ ਦੋ ਜਗ੍ਹਾ ਦੇ ਉੱਤੇ, ਉੱਥੇ ਵੀ ਵਿਰੋਧ ਹੋਇਆ। ਜੇ ਗੁਜਰਾਤ ਚ ਗਿਆ ਹੋਊਗਾ, ਬੰਬੇ ਚਲੇ ਗਿਆ ਹੋਊ, ਉੱਥੇ ਕਿਸੇ ਨੇ ਕੀ ਵਿਰੋਧ ਕਰਨਾ ਤੇ ਕੀ ਕਹਿਣਾ ਇਹਨਾਂ ਨੂੰ? ਉੱਥੇ ਜਾ ਕੇ ਸਿੱਖ ਕਿਤੇ ਕਿੰਨੇ ਕੁ ਰੀਜਨਾਂ ਜਾ ਕੇ ਗੱਲ ਕਰਨੀ ਉੱਥੇ? ਇਸ ਕਰਕੇ ਉਹਨੇ ਖਬਰ ਲਵਾਉਣੀ ਤੇ ਆਪਣੀ ਖਬਰ ਰੰਗ ਦਾ ਹੌਲੀ ਲਵਾ ਲਈ ਆ ਕਿ ਮੈਨੂੰ ਇਹਨਾਂ ਨੇ ਸਟਾਰ ਪ੍ਰਚਾਰ ਬਣਾ ਕੇ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਲਈ ਕਹਿਣ ਵਾਸਤੇ ਕਿਹਾ ਵੀ ਜਿੱਥੇ ਜਿੱਥੇ ਸਿੱਖ ਉੱਥੇ ਜਾ ਕੇ ਸਿੱਖਾਂ ਜਾ ਕੇ ਪ੍ਰਚਾਰ ਕਰੋ, ਤੇ ਦਾਅਵਾ ਇਹ ਕਰ ਰਿਹਾ ਵਾ ਜੀ ਸਿੱਖ ਬੀਜੇਪੀ ਦੇ ਹੱਕ ਚ ਬਹੁਤ ਵੱਡੀ ਗਿਣਤੀ ਦੇ ਸਾਰੀਆਂ ਵੋਟਾਂ ਸਿੱਖ ਜਿਹੜੇ ਆ ਉਹ ਬੀਜੇਪੀ। ਕਹਿੰਦੇ ਇੱਕ ਜਹਾਨੋ ਤੁਰ ਗਈ ਔਰਤ ਜਾਂਦਾ ਜਾਂਦਾ ਪਿੰਡ ਦੇ ਲਈ ਭਲਾ ਕੰਮ ਕਰ ਗਈ, ਕਹਿੰਦੇ ਪਿੰਡ ਨੂੰ ਇਕੱਠਾ ਕਰ ਗਈ ਹੈ ਜੀ। ਜੀ ਜੀ ਕਿੱਥੋਂ ਦਾ ਮਾਮਲਾ, ਕੀ ਘਟਨਾ ਵਾਪਰੀ? ਇਹ ਐਕਚੁਅਲੀ ਬੇਸਿਕਲੀ ਜੀ ਵੇਖੋ ਚੰਗੀ ਗੱਲ ਆ ਕਿ ਉਹ ਬੀਬੀ ਜਿਹੜੀ ਆ ਉਹ ਦਲਿਤ, ਉਸ ਦਲਿਤ ਬੀਬੀ ਦੀ ਬਕਾਇਦਾ ਤੌਰ ਤੇ ਜਿਹੜਾ ਸੀ ਮੌਤ ਹੋ ਜਾਂਦੀ ਆ ਤੇ ਉਹਨਾਂ ਦੀਆਂ ਜਿਹੜੀਆਂ ਜਿਹਨੇ ਸ਼ਮਸ਼ਾਨ ਘਾਟ ਤੇ ਦਲਿਤਾਂ ਦੇ ਉਹ ਦੂਰ ਸੀਗੇ ਘਰ। ਉਹ ਕਹਿੰਦੇ ਚਲੋ ਇੱਥੇ ਸੰਸਕਾਰ ਲੱਗ ਗਏ, ਕਰਦੇ ਵਿਹਲਾ ਗਿਆ ਸ਼ਮਸ਼ਾਨ ਘਾਟ। ਜਦੋਂ ਉਹ ਦਲਿਤ ਔਰਤ ਨੂੰ ਲੈ ਕੇ ਜਾਂਦੇ ਨੇ ਜੀ, ਇਹ ਗੁਰਦਾਸਪੁਰ ਜ਼ਿਲ੍ਹੇ ਦਾ ਜੀ ਘੁਮਾਣ ਨੇੜੇ ਆ ਸ਼ਮਸ਼ਾਨ ਘਾਟ, ਉੱਥੋਂ ਕਸਬਾ ਘੁਮਾਣ ਜੀ। ਜਦੋਂ ਲੈ ਕੇ ਜਾਂਦੇ ਤੇ ਜਿਹੜੇ ਉਹ ਚਾਤੀਆਂ ਦੇ ਲੋਕ ਆ ਜਾਂਦੇ ਵੀ ਨਾ ਬਈ ਤੁਹਾਨੂੰ ਤਾਂ ਅੱਗੇ ਨਹੀਂ ਦਿੱਤੀ ਜਾ ਸਕਦੀ। ਜਦੋਂ ਇਹ ਗੱਲ ਜਾਂਦੀ ਆ ਬਕਾਇਦਾ ਤੌਰ ਤੇ ਪ੍ਰਸ਼ਾਸਨ ਦੇ ਵਿੱਚ ਤਹਿਸੀਲਦਾਰ ਡੀਐਸਪੀ ਸਾਰੇ ਉੱਥੇ ਆ ਜਾਂਦੇ, ਉੱਥੇ ਫਿਰ ਵੇਖੋ ਬਕੇ ਬਹਿ ਕੇ ਪੰਚਾਇਤ ਚ ਫੈਸਲਾ ਹੁੰਦਾ ਸਰਕਾਰ ਕਰਨ ਤੋਂ ਪਹਿਲਾਂ। ਵੇਖੋ ਜਿਹੜੀ ਗੱਲ ਇਹ ਆ ਵੀ ਜਿਹੜਾ ਬੰਦਾ ਜਦੋਂ ਪੈਦਾ ਹੁੰਦਾ ਕਿਸੇ ਜਾਤ ਜਾਂ ਬਰਾਦਰੀ ਚ ਪੈਦਾ ਹੁੰਦਾ ਉਹ ਮਨੁੱਖ ਹੁੰਦਾ। ਬਿਲਕੁਲ ਬਿਲਕੁਲ ਜੀ, ਆਪਾਂ ਉਹਦੇ ਤੇ ਪਹਿਰਾ ਦਈਏ, ਮਨੁੱਖਤਾ ਤੇ ਪਹਿਰਾ ਦਈਏ ਤੇ ਸ਼ਮਸ਼ਾਨ ਕਰਨ ਇੱਕ ਗੱਲ। ਹੁਣ ਉੱਥੇ ਫੈਸਲਾ ਹੋ ਗਿਆ ਉਹ ਬੀਬੀ ਦੀ ਮੌਤ ਦੇ ਉੱਤੇ ਕਿ ਜਿਹੜਾ ਇਹ ਸ਼ਮਸ਼ਾਨ ਘਰ ਜਿਹੜਾ ਬਣਿਆ ਸੀ ਉਸ ਜਾਤੀਆਂ ਵਾਸਤੇ ਇੱਥੇ ਹਰ ਪ੍ਰਕਾਰ ਦਾ ਸਤਿਕਾਰ ਹੋ ਜੀ, ਤੇ ਜਿਹੜਾ ਦੂਰ ਬਣਿਆ ਵਾ ਉੱਥੇ ਬੱਚਿਆਂ ਦੇ ਖੇਡਣ ਵਾਸਤੇ ਬਕਾਇਦਾ ਤੌਰ ਤੇ ਪਾਰਕ ਬਣਾਇਆ ਜਾਵੇ। ਇਹ ਫੈਸਲਾ ਬੀਬੀ ਉਸ ਹਾਂ ਤੋਂ ਚਲੀ ਗਈ, ਲੇਕਿਨ ਜਾਂਦੀ ਜਾਂਦੀ ਇੱਕ ਏਕਤਾ ਸੁਣੇ ਹੁੰਦੇ ਕਿ ਪੂਰੇ ਪਿੰਡ ਨੂੰ ਇੱਕ ਕਰ ਗਈ। ਉਹ ਤੁਹਾਨੂੰ ਪਤਾ ਹੋਏਗਾ ਅੰਮ੍ਰਿਤਸਰ ਦੇ ਵਿੱਚ ਨਾ ਜਿਹੜਾ ਉਹ ਇਲੈਕਟ੍ਰਿਕ ਚੁੱਲ੍ਹਾ ਬਣਿਆ ਸੀ ਜਿੱਥੇ ਸਤਿਕਾਰ ਕਰਦੇ ਜੀ ਜੀ, ਤੇ ਪਹਿਲਾ ਜਿਹੜਾ ਬਕਾਇਦਾ ਤੌਰ ਤੇ ਸਤਿਕਾਰ ਸੀ ਬਨਜੀਤ ਸਿੰਘ ਕਲਕੱਤੇ ਦਾ ਹੋਇਆ ਸੀ। ਅੱਛਾ ਜੀ, ਉਦੋਂ ਵੀ ਅਖਬਾਰਾਂ ਨੇ ਖਬਰਾਂ ਲਾਈਆਂ ਸੀ ਵੀ ਕਲਕੱਤਾ ਸਾਹਿਬ ਜਿਹਨਾਂ ਨੂੰ ਸਿੱਖਾਂ ਦਾ ਦਿਮਾਗ ਕਿਹਾ ਜਾਂਦਾ ਸੀਗਾ ਉਹ ਜਾਂਦੇ ਜਾਂਦੇ ਵਾਤਾਵਰਨ ਸੁਣਿਆ ਸੀ ਕੁਛ ਘਟਨਾਵਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਨੇ ਜਿਹੜੀਆਂ ਬਕਾਇਦਾ ਤੌਰ ਤੇ ਜ਼ਿੰਦਗੀ ਭਰ ਜਾ ਜ਼ਿੰਦਗੀ ਨੇ ਹਮੇਸ਼ਾ ਵਿੱਚ ਤਿਆਰ ਜਾਂਦੀਆਂ ਨੇ ਜੀ। ਇਹ ਜਿਹੜੀ ਔਰਤ ਆ ਦਲਿਤ ਔਰਤ ਆ ਇਹ ਵੀ ਪਿੰਡ ਨੂੰ ਇੱਕ ਕਰ ਗਈ ਹੈ, ਦੋ ਭਾਈਚਾਰੇ ਅਮ ਸਾਹਮਣੇ ਉਸੇ ਨੂੰ ਇਕੱਠੇ ਕਰ ਗਈ ਹੈ। ਹੁਣ ਇੱਕ ਸ਼ਮਸ਼ਾਨ ਘਰ ਪਾਰਕ ਬਣੇਗਾ ਤੇ ਦੂਜੇ ਸ਼ਮਸ਼ਾਨ ਘਰ ਸਾਰਿਆਂ ਦੇ ਜਿਹੜੇ ਆ ਉਹ ਮੁਰਦੇ ਜਿਹੜੇ ਉਹ ਸਾਰੇ ਜਾਣਗੇ। ਚਲੋ ਬਹੁਤ ਚੰਗੀ ਗੱਲ ਹੈ ਜੀ, ਪੱਟੀ ਸਾਹਿਬ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ ਸ਼ੁਕਰੀਆ। ਸੋ ਇਹ ਸੰਸਦ ਆ ਜਸਵੀਰ ਸਿੰਘ ਪੱਟੀ ਹੋਰੀ। ਸੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ, ਇਸ ਦੇ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ, ਹੇਠਾਂ ਕਮੈਂਟ ਜ਼ਰੂਰ ਕਰਿਆ ਕਰੋ। ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਜੀ ਜਿੰਨਾ ਹੋ ਸਕੇ ਰੇਡੀਓ ਪੰਜਾਬ ਟੂਡੇ ਨੂੰ ਤੁਸੀਂ ਵੱਧ ਤੋਂ ਵੱਧ ਮਾਈਕ ਮਦਦ ਜਿਹੜੀ ਆ ਉਹ ਜ਼ਰੂਰ ਕਰੋ, ਕਿਉਂਕਿ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ, ਭਾਵੇਂ ਰਿਸ਼ਤੇਦਾਰੀਆਂ ਵੀ ਮੇਰੀਆਂ ਹੈਗੀਆਂ ਨੇ, ਪਰ ਅਸੀਂ ਨਿਰਪੱਖ ਤਰੀਕੇ ਦੇ ਨਾਲ, ਪੱਤਰਕਾਰਤਾ ਜਿਹੜੀ ਆ ਤੁਹਾਡੇ ਤੱਕ ਨਿਰਪੱਖ ਤਰੀਕੇ ਦੇ ਨਾਲ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਸੋ ਕੋਈ ਪੋਲੀਟੀਕਲ ਐਡ ਕਿਸੇ ਤੋਂ ਨਹੀਂ ਲੈ ਰਹੇ ਅਸੀਂ।
ਸੋ ਇੰਨੀ ਕੁ ਸਾਡੀ ਬੇਨਤੀ ਪ੍ਰਵਾਨ ਕਰਿਓ ਤੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ WDD15 ਚਲਾਉਂਦੇ ਜਾਂ ਪੈਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ, ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ, ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW, ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ ਮੰਨ ਲਓ, 519-622-0660 519-622-0660 QTL, because we care. We trust you. ਜੀ ਵਿਆਹੀ ਕੱਪੜਿਆਂ ਦੀ ਤੇ ਸ਼ੋਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜਿਊਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ, ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144 ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 559-964-7787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ।